ਇਸ ਤਾਨ ਨੇ ਉਦੋਂ ਇੱਕ ਗੱਲ ਸਿਖ ਸਖਾਈ ਸੀ ਵੀ ਪੈਸੇ ਪਿੱਛੇ ਨਾ ਭੱਜੀ ਬੇ ਕਾਮਯਾਬ ਹੋਈ ਪੈਸਾ ਤੇਰੇ ਪਿੱਛੇ ਆਊਗਾ ਤੇ ਉਹ ਗੱਲ ਆਪਾਂ ਨੂੰ ਆਪਣੀ ਜ਼ਿੰਦਗੀ ਦੀ ਆ ਵੱਡੇ ਪਲੇਅਰ ਆ ਜਿਹੜੇ ਕਾਫੀ ਨਾਮਵਰ ਚਲੋ ਨਾਮ ਤਾਂ ਕੀ ਲੈਣਾ ਉਹਨਾਂ ਨੇ ਜਿੱਦਾਂ ਕਿ ਆ ਵੀ ਜਿੱਦਾਂ ਪ੍ਰੋਮੋਟਰਾਂ ਨੇ ਸਾਡਿਆਂ ਨੂੰ ਵੀ ਅਸੀਂ ਇਹ ਮੁੰਡਾ ਤਾਂ ਕਦੇ ਖੇਡਦਾ ਦੇਖਿਆ ਨਹੀਂ ਵੀ ਕਿੱਥੇ ਖੇਡਦਾ ਰਿਹਾ ਹੈ ਹਨਾ ਹਾਂਜੀ ਸ਼ਾਇਦ ਵੀ ਲੱਗਦਾ ਵੀ ਜਿਹੜੇ ਨਵੇਂ ਪਲੇਅਰ ਹੁੰਦੇ ਆ ਵੀ ਉਹ ਕੁਝ ਕਰ ਨਹੀਂ ਸਕਦੇ ਜਾਂ ਇਦਾਂ ਸਾਡੇ ਤੋਂ ਉੱਪਰ ਨਹੀਂ ਆ ਸਕਦੇ ਜਾਂ ਸਾਡੇ ਬਰੂਬਰ ਕਬੱਡੀਆਂ ਨਹੀਂ ਪਾ ਸਕਦੇ ਹਨ ਇਹ ਜਦੋਂ ਮੈਂ ਉਹਨੂੰ ਦੱਸਿਆ ਵੀ ਭਾਜੀ ਮੈਂ ਅੱਜ ਜਦਾਂ ਬੈਸਟ ਨਿਕਲਿਆ ਆ ਤੇ ਮੈਂ ਟਰੋਫੀ ਸੀਗੀ ਬੈਸਟਾਂ ਨੂੰ ਉਹ ਇਹ ਕਹਿੰਦਾ ਚਾਹੇ ਜਹਾਜ਼ ਵੀ ਹੋਵੇ ਪਹਿਲੀ ਆਰ ਦਾ ਤਾਂ ਮੈਨੂੰ ਬਹੁਤ ਚਾਹ ਆਇਆ ਕਹਿੰਦਾ ਚਾਹੇ ਕੁਝ ਵੀ ਨਾ ਹੁੰਦਾ ਜਹਾਜ਼ ਹੀ ਆ ਕਹਿੰਦਾ ਇਹ ਕਹਿੰਦਾ ਵੀ ਬਹੁਤ ਖੁਸ਼ੀ ਆ ਮੈਨੂੰ ਤੂੰ ਘਰ ਨੂੰ ਆ ਜਾ ਮੇਰਾ ਪੁੱਤ ਕੀ ਖਾਣਾ ਜਣੀ ਤਾਂ ਆਪਾਂ ਨੂੰ ਉਹ ਜਣੀ ਬੜਾ ਪਿਆਰ ਕਰਦਾ ਆਪਣੇ ਪੁੱਤਾਂ ਵਾਂਗੂ ਹੀ ਰੱਖਦਾ ਸਾਨੂੰ ਲੱਗਾ ਵੀ ਸਾਡੇ 'ਚ ਕੁਝ ਹੈਗਾ ਆ ਹਸਤਾਨ ਨੇ ਭਾਈ ਸਾਡੇ ਛੱਡੀਆਂ ਵੀ ਉਹ ਜਿੱਥੇ ਸਾਨੂੰ ਜਿੱਥੇ ਸਾਡੀ ਗਲਤੀ ਸੀ ਹਸਤਾਨ ਨੇ ਕਿਹਾ ਵੀ ਆ ਵੀ ਨਹੀਂ ਤੂੰ ਇੱਥੇ ਆ ਕਰ ਸਕਦਾ ਆ ਐਵੇਂ ਉਦੋਂ ਫੇ ਭਾਜੀ ਜਦਾਂ ਸੋਣ ਭਾਈ ਨੇ ਜਦਾਂ ਆਪਾਂ ਨੂੰ ਕਿਹਾ ਵੀ ਪਲਵਾਨ ਤੂੰ ਸਾਡੇ ਨਾਲ ਗਿਆ ਖੇਡਿਆ ਕਰਨਾ ਤੇ ਵੀ ਸਾਡੀ ਟੀਮ ਬਣ ਲੱਗੀ ਆ ਵੀ ਤੂੰ ਸਾਡੇ ਨਾਲ ਖੇਡਣਾ ਜੇ ਜਦੋਂ ਮੈਂ ਭਰਾ ਨੂੰ ਦੱਸਿਆ ਆਪਣੇ ਨੂੰ ਭਾਜੀ ਵੀ ਮੈਂ ਤਾਂ ਸੂਨ ਭਾਈ ਨਾ ਖੇਡਣਾ ਆ ਤੇ ਉਹਨੇ ਬੜਾ ਚਾਹ ਕਰਿਆ ਵੀ ਬਹੁਤ ਖੁਸ਼ੀ ਹੋਈ ਵੀ ਏਡੇ ਲੈਜੈਂਡ ਨਾ ਖੇਡਣਾ ਹੈ ਨਾ ਇੱਕ ਹਰ ਇੱਕ ਪਲੇਅਰ ਦਾ ਇਹਦਾ ਡ੍ਰੀਮ ਹੁੰਦਾ ਹੈ ਨਾ ਭਾਜੀ ਜੇ ਤਾਂ ਵਰਲਡ ਕੱਪ ਖੇਡੀਏ ਜਾਂ ਆਪਾਂ ਭੰਡੀ ਆਲੀ ਖੇਡੀ ਹੈ ਨਾ ਤੇ ਭਾਈ ਆਪਾਂ ਉਹ ਵਰਲਡ ਕੱਪ ਖੇਡੇ ਆਂ ਇੰਡੀਆ ਲਈ ਆਪਣੀ ਕੰਟਰੀ ਲਈ ਹਾਂਜੀ ਭਾਜੀ ਸੱਤੇ ਭਾਈ ਤੇ ਸੁੱਖੇ ਭਾਈ ਉਹਨਾਂ ਲਈ ਟੀਮ ਲਈ ਤੇ ਭਾਜੀ ਉਹ ਚੀਜ਼ ਦੀ ਬਹੁਤ ਪ੍ਰਾਊਡ ਮੂਮੈਂਟ ਹੈ ਆਪਾਂ ਨੂੰ ਜਿੱਦਾਂ ਸਾਰਾ ਆਪਣਾ ਪਰਿਵਾਰ ਯਾਨੀ ਖੋਜਿਆ ਜੇ ਬਈ ਜਾਫੀ ਜਾਣ ਕੇ ਮਾਰਦਾ ਫੇ ਭਾਜੀ ਜਿੱਦਾਂ ਇੱਕ ਅਧੀਰ ਮਾਰ ਲਈਦੀ ਆ ਜਿੱਦਾਂ ਦੋਂ ਅੱਜੇ 10 ਕਬੱਡੀਆਂ ਪਾਈਆਂ ਤੇ 9 ਕਬੱਡੀਆਂ ਉਧੇ ਮੁੜਿਆ ਤੇ ਇੱਕ ਕਬੱਡੀ ਜਾਫੀ ਨੇ ਗਲਤ ਮਾਰੀ ਫੇ ਭਾਜੀ ਤੇ ਆਪੀ ਮਾਰੀਦੀ ਆ ਜਦੋਂ ਉਹਨੂੰ ਦੱਸੀਦਾ ਵੀ ਭਾਜੀ ਤੂੰ ਗਲਤ ਐ ਇੱਥੇ ਨਾ ਸასი ਗੱਲ ਦੋਸਤੋ ਮੈਂ ਸੁਖਵਿੰਦਰ ਬਿੰਗ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਪਹੁੰਚਿਆ ਬੜੇ ਪਿੰਡ ਦੀ ਧਰਤੀ ਤੇ ਜਿੱਥੇ ਤੁਹਾਨੂੰ ਪਤਾ ਹੀ ਆ ਅਨੇਕਾਂ ਕਬੱਡੀ ਦੇ ਪਲੇਅਰ ਪੈਦਾ ਹੋਏ ਆ ਕਈਕ ਪ੍ਰਮੋਟਰ ਨੇ ਇੱਥੋਂ ਦੇ ਮੌਜੂਦ ਇਸੀ ਤਰ੍ਹਾਂ ਅੱਜ ਜਿਸ ਖਿਡਾਰੀ ਦੀ ਤੁਹਾਡੇ ਨਾਲ ਮੁਲਾਕਾਤ ਕਰਾਉਣ ਲੱਗੇ ਜਿਸ ਖਿਡਾਰੀ ਦੀ ਜਿੰਦਗੀ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਨਾਮ ਹੈ ਉਹਦਾ ਸ਼ਰਮਾ ਬੜੇ ਪਿੰਡਿਆ ਪੰਡਤਾਂ ਦਾ ਮੁੰਡਾ ਜਿਹਨੇ ਕਬੱਡੀ ਦੇ ਵਿੱਚ ਕਾਫੀ ਆਪਣੇ ਨਾਮ ਨੂੰ ਦੱਸਿਆ ਆਪਣੇ ਇਲਾਕੇ ਵਿੱਚ ਦੱਸਿਆ ਪੂਰੇ ਪੰਜਾਬ ਭਾਰ ਵਿੱਚ ਦੱਸਿਆ ਕਿ ਕੋਈ ਸ਼ਰਮੇ ਨਾਮ ਦਾ ਪਲੇਅਰ ਵੀ ਬੜੇ ਪਿੰਡ ਦਾ ਹੈਗਾ ਆ ਜੇ ਇਹਨਾਂ ਦੀ ਖਾਸ ਗੱਲ ਕਰੀਏ ਕਿ ਇੰਗਲੈਂਡ ਦੇ ਸੀਜ਼ਨ 2022 ਦੀ ਵਿੱਚ ਗੱਲ ਹੋਈ ਤਾਂ ਕਾਫੀ ਨਵੇਂ ਖਿਡਾਰੀ ਨੂੰ ਇੰਗਲੈਂਡ ਦੇ ਪ੍ਰਮੋਟਰਾਂ ਨੇ ਮੌਕਾ ਦਿੱਤਾ ਜਿਨਾ ਵਿੱਚੋ ਸ਼ਰਮੇ ਬਡੇ ਪਿੰਡੇ ਦਾ ਨਾਮ ਵੀ ਆਇਆ ਤਾਂ ਜਿੱਦ ਤੱਕ ਸਾਨੂੰ ਪਤਾ ਲੱਗਾ ਕਿ ਸ਼ਰਮੇ ਜਦੋਂ ਇੰਗਲੈਂਡ ਦੀ ਧਰਤੀ ਤੇ ਗਿਆ ਤਾਂ ਉੱਥੇ ਕਾਫੀ ਪ੍ਰਮੋਟਰਾਂ ਦਾ ਜਾਂ ਫਿਰ ਇਸ ਤੋਂ ਹੋਰ ਕਈ ਪਲੇਅਰਾਂ ਦਾ ਇਹ ਕਹਿਣਾ ਸੀ ਕਿ ਅਸੀਂ ਇਸ ਖਿਡਾਰੀ ਨੂੰ ਸ਼ਾਇਦ ਅਸੀਂ ਬਹੁਤ ਘੱਟ ਦੇਖਿਆ ਖੇਡਦਾ ਕਿ ਕਿਉਂਕਿ ਤੁਹਾਨੂੰ ਪਤਾ ਇੰਗਲੈਂਡ ਦੀ ਧਰਤੀ ਉਹ ਧਰਤੀ ਹੈ ਜਿੱਥੇ ਹਰੇਕ ਕੋਈ ਚਾਹੁੰਦਾ ਕਿ ਪਲੇਅਰ ਵਧੀਆ ਆਵੇ ਕਿਉਂ ਹਰੇਕ ਟੀਮ ਚਾਹੁੰਦੀ ਹੈ ਮੈਚ ਜਿੱਤਣਾ ਕੱਪ ਜਿੱਤਣਾ ਕਾਫੀ ਜਦوجਹਿਦ ਹੁੰਦੀ ਆ ਪਰ ਸ਼ਰਮੇ ਨੇ ਆਪਣੀ ਖੇਡ ਰਹੀ ਲੋਕਾਂ ਦਾ ਦਿਲ ਜਿੱਤਿਆ ਤੇ ਟੂਰਨਾਮੈਂਟਾਂ ਤੇ ਇੰਗਲੈਂਡ ਦੇ ਕੱਪਾਂ ਦੇ ਵਿੱਚ ਆਪਣਾ ਇੱਕ ਵੱਖਰਾ ਨਾਮ ਦੱਸ ਕੇ ਆਂਦਾ ਕਿ ਸ਼ਰਮਾ ਬੜੇ ਪਿੰਡਿਆ ਵੀ ਇੱਥੇ ਖੇਡਣ ਆਇਆ ਕਿ ਮੈਂ ਸਪਾਰਸ਼ੀ ਨਹੀਂ ਹੈਗਾ ਮੈਂ ਆਪਣੀ ਮਿਹਨਤ ਕਰਕੇ ਇੱਥੇ ਆਇਆ ਆ ਤੇ ਆਪਣਾ ਵਧੀਆ ਨਾਮ ਉੱਥੇ ਰੌਸ਼ਨ ਕੀਤਾ ਜੇ ਨੂੰ ਲੈ ਕੇ 2022 ਤੋਂ ਬਾਅਦ 2023 ਦਾ ਸੀਜ਼ਨ ਵੀ ਇੰਗਲੈਂਡ ਦੇ ਵਿੱਚ ਬੜੇ ਪਿੰਡ ਵਾਲਾ ਸ਼ਰਮਾ ਵਧੀਆ ਖੇਡ ਕੇ ਆਇਆ ਤੇ ਬਾਕੀ ਕੀ ਸੀ ਉੱਥੇ ਦੇ ਇਹਦੀ ਖੇਡ ਬਾਰੇ ਹੋਰ ਵੀ ਜਾਣਕਾਰੀ ਲਵਾਂਗੇ ਕਿਵੇਂ ਖੇਡਣ ਦੀ ਸ਼ੁਰੂਆਤ ਹੋਈ ਆ ਆਓ ਮਿਲੌਣੇ ਤੁਹਾਨੂੰ ਸ਼ਰਮੇ ਬੜੇ ਪਿੰਡਿਆ ਨਾਲ ਤੇ ਦੋਸਤੋ ਹੁਣ ਮੌਜੂਦ ਨੇ ਮੇਰੇ ਨਾਲ ਸ਼ਰਮਾ ਬੜੇ ਪਿੰਡ ਵਾਲਾ ਤੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਇਹਨਾਂ ਦੀ ਜ਼ਿੰਦਗੀ ਬਾਰੇ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਭਾਈ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਧੰਨਵਾਦ ਤੁਸੀਂ ਭਾਜੀ ਆਏ ਇੰਟਰਵਿਊ ਲੈਣ ਲਈ ਤੇ ਸ਼ਰਮੇ ਕਿਦਾਂ ਪਰਿਵਾਰ ਵਿੱਚ ਸਭ ਸੁਖ ਸਕਦੇ ਆ ਹਾਂਜੀ ਭਾਈ ਸਭ ਵਧੀਆ ਠੀਕ ਠਾਕ ਜੀ ਕਿਹਜੋ ਲੱਗਾ ਜਦੋਂ ਇੰਗਲੈਂਡs ਖੇਡਣ ਗਏ ਇੰਗਲੈਂਡ ਜਦੋਂ ਭਾਜੀ ਖੇਡਣ ਗਏ ਆ ਪਹਿਲਾਂ ਤਾਂ ਸਗਾ ਮਨ ਚ ਕੁਛ ਨਾ ਧੜਕਣ ਜਿਹੀ ਸੀ ਵੀ ਕਿਦਾਂ ਖੇਡਣਾ ਹੈ ਕਿਦਾਂ ਨਹੀਂ ਵੀ ਕਿਦਾਂ ਕਿਦਾਂ ਦਾ ਮਤਲਬ ਐਕਸਪੀਰੀਅੰਸ ਹੋਊਗਾ ਉੱਥੇ ਘਾਹਦਾਰ ਗਰਾਊਂਡਾਂ 'ਚ ਇਦਾਂ ਦਾ ਕੁਛ ਨਹੀਂ ਸੀਗਾ ਆਪਾਂ ਨੂੰ ਤੇ ਫੇਰ ਭਾਜੀ ਜਿੱਦਾਂ ਇੱਕ ਦੋ ਮੀਲਿਆਂ ਬਾਅਦ ਹੋ ਗਏ ਸਗੇ ਸਾਰਾ ਕੁਝ ਠੀਕ ਹੋ ਗਿਆ ਸੀ ਐਕਸਪੀਰੀਅੰਸ ਹੋ ਗਿਆ ਢੰਗ ਜਾ ਆ ਗਿਆ ਖੇਡਣ ਦਾ ਜੋ ਪਹਿਲੀ ਵਾਰ ਉਥੇ ਗਏ ਆ ਤੇ ਥੋੜਾ ਜਿਹਾ ਸਾਨੂੰ ਪਤਾ ਲੱਗਾ ਸੀਗਾ ਕਿ ਕਾਫੀ ਪਲੇਅਰਾਂ ਦਾ ਵੀ ਤੇ ਕਾਫੀ ਜਿਹੜੇ ਉਧਰਲੇ ਹੋਰ ਪ੍ਰਮੋਟਰ ਆ ਤੇ ਉਹਨਾਂ ਦਾ ਕਹਿਣਾ ਕਿ ਵੀ ਸ਼ਰਮਨ ਨੂੰ ਅਸੀਂ ਪਹਿਲਾਂ ਨਹੀਂ ਖੇੜਦਾ ਦੇਖਿਆ ਜਿੱਦਾਂ ਭਾਜੀ ਰੱਖ ਲਓ ਵੱਡੇ ਪਲੇਅਰ ਆ ਜਿਹੜੇ ਕਾਫੀ ਨਾਮਵਰ ਚਲੋ ਨਾਮ ਤਾਂ ਕੀ ਲੈਣਾ ਉਹਨਾਂ ਨੇ ਜਿੱਦਾਂ ਕਿਹਾ ਵੀ ਜਿੱਦਾਂ ਪ੍ਰਮੋਟਰਾਂ ਨੇ ਸਾਡਿਆਂ ਨੂੰ ਵੀ ਅਸੀਂ ਇਹ ਮੁੰਡਾ ਤਾਂ ਕਦੇ ਖੇੜਦਾ ਦੇਖਿਆ ਨਹੀਂ ਵੀ ਕਿੱਥੇ ਖੇੜਦਾ ਰਿਹਾ ਹੈ ਹਨਾ ਹਾਂਜੀ ਤੇ ਪਰ ਫੇਰ ਭਾਜੀ ਜਿੱਦਾਂ ਆਪਣੀ ਮਹਾਰਾਜ ਦੀ ਕਿਰਪਾ ਹੋਈ ਤੇ ਆਪਣੀ ਪਰਫਾਰਮੈਂਸ ਨਾਲ ਜਿੱਦਾਂ ਭਾਜੀ ਵਧੀਆ ਪਰਫਾਰਮੈਂਸ ਰਹੀ ਆਪਣੀ ਤੇ ਵਧੀਆ ਵਧੀਆ ਵੱਡੇ ਵੱਡੇ ਜਾਫੀਆਂ ਦੇ ਯਾਨੀ ਨੌਨ ਸਟਾਪ ਕਬੱਡੀਆਂ ਭਾਈਆਂ ਭਾਜੀ ਠੀਕ ਅਸੀਂ ਜਦੋਂ ਨਹੀਂ ਕਹਿ ਸਕਿਆ ਵੀ ਅਸੀਂ ਮੁੰਡੇ ਨੂੰ ਖੇਡਦਾ ਨਹੀਂ ਦੇਖਿਆ ਤੇ ਤੁਹਾਡੇ ਦਿਲ ਤੇ ਕੀ ਬੀਤੀਊਗਾ ਭਾਜੀ ਆਇਆ ਹੈਗਾ ਮਨ ਚ ਵੀ ਨਹੀਂ ਵੀ ਇਹਨਾਂ ਨੂੰ ਸ਼ਾਇਦ ਵੀ ਲੱਗਦਾ ਵੀ ਜਿਹੜੇ ਨਵੇਂ 플레이ਰ ਹੁੰਦੇ ਆ ਵੀ ਉਹ ਕੁਛ ਕਾਰ ਨਹੀਂ ਸਕਦੇ ਜਾਂ ਇਦਾਂ ਸਾਡੇ ਤੋਂ ਉੱਪਰ ਨਹੀਂ ਆ ਸਕਦੇ ਜਾਂ ਸਾਡੇ ਬਰੂਬਰ ਕਬੱਡੀਆਂ ਨਹੀਂ ਪਾ ਸਕਦੇ ਹਨਾ ਤੇ ਪਰ ਭਾਜੀ ਇੱਕ ਮੀਲਾ ਹੋਇਆ ਸੀ ਉਦੋਂ ਹਨਾ ਬਈ ਸ਼ਾਇਦ ਉੱਥੇ ਉਹ ਵੱਡਾ ਪਲੇਅਰ ਨਹੀਂ ਚੱਲਿਆ ਠੀਕ ਹੈ ਤੇ ਉੱਥੇ ਜਾਨੀ ਬਾਬਾ ਜੀ ਦੀ ਕਿਰਪਾ ਨਾਲ ਆਪਾਂ ਭਾਈ ਉਹ ਮੀਲਾ ਜਿਤਾਇਆ ਸੀਗਾ ਤੇ ਸਾਡੀ ਟੀਮ ਜਿਹੜੀ ਜੀਐਨਜੀ ਗਰੇਵਜੈਂਟ ਦੀ ਸੀਗੀ ਉਹ ਸੈਕੰਡ ਰਹੀ ਸੀ ਉੱਥੇ ਭਾਜੀ ਅਸੀਂ ਗਰੇਵਜੈਂਟ ਵੱਲੋਂ ਖੇਡੇ ਹਾਂ ਉੱਥੇ ਹਾਂਜੀ ਭਾਈ ਮੈਂ ਭਾਜੀ ਜਿੱਦਾਂ ਪਾਲੇ ਸੋਤੇ ਹੁਣੇ ਸਾਡੇ ਚਾਚੇ ਹੁਣੇ ਬੜੇ ਪਿੰਡ ਵਾਲੇ ਕੁਲਵਿੰਦਰ ਸੋਤੇ ਹੁਣੇ ਤੇ ਸਾਡੇ ਚਾਚਾ ਜੀ ਸੱਤਾ ਮਠੱਡਾ ਸੁੱਖਾ ਭਾਈ ਚੱਕਾਂ ਵਾਲਾ ਉਹਨਾਂ ਦੀ ਟੀਮ ਲਈ ਖੇਡੇ ਹਾਂ ਸੀ ਜਿੱਦਾਂ ਪਹਿਲੀ ਯਾਰ ਤੇ ਜਿੱਦਾਂ ਪਾਲੇ ਚਾਚੇ ਦੀ ਬਦੌਲਤ ਤੇ ਕੁਲਵਿੰਦਰ ਚਾਚੇ ਦੇ ਬਦੌਲਤ ਗਏ ਸੀ ਆਪਾਂ ਇੰਗਲੈਂਡ ਪਹਿਲੀ ਯਾਰ ਤੇ ਸਰ ਮੈਂ ਸਾਡੀ ਹਨਾ ਅੰਗਲੈਂਡ ਦੇ ਸੀਜ਼ਨ ਬਾਰੇ ਵੀ ਗੱਲ ਕਰਾਂਗੇ ਪਰ ਜੇ ਆਪਾਂ ਨਾ ਹਰ ਬੰਦੀ ਸ਼ੁਰੂਆਤ ਹੁੰਦੀ ਕਿਤਨੋਂ ਕਿਤੋਂ ਹਾਂਜੀ ਭਾਈ ਤੇ ਆਪਾਂ ਪਹਿਲਾਂ ਤੁਹਾਡੀ ਜਿੰਦਗੀ ਜਿਹੜੀ ਸ਼ੁਰੂਆਤ ਕਬੱਡੀ ਦੀ ਉਹਦੇ ਬਾਰੇ ਜ਼ਰੂਰ ਗੱਲ ਕਰਾਂਗੇ ਤੇ ਤੁਹਾਡੀ ਕਬੱਡੀ ਦੇ ਵਿੱਚ ਸ਼ੁਰੂਆਤ ਕਿਵੇਂ ਹੋਈ ਆ ਸ਼ੁਰੂਆਤ ਭਾਜੀ ਜਿੱਦਾਂ ਐਵੇਂ ਕਹਦੀਏ ਜਿੱਦਾਂ ਸ਼ੌਂਕ ਤਾਂ ਮੈਨੂੰ ਮਾੜਾ ਮੂਟਾ ਸੀ ਵੱਡਾ ਭਾਜੀ ਜਿੱਦਾਂ ਖੇਡਦਾ ਸੀ ਪਰਿਵਾਰ ਦੇ ਵਿੱਚ ਤੇ ਉਹ ਜਿੱਦਾਂ ਖੇਡਦਾ ਸੀ ਉਹਨੂੰ ਸ਼ੌਂਕ-ਸ਼ੌਂਕ ਸੀਗਾ ਜਿੱਦਾਂ ਭਾਜੀ ਜਿੱਦਾਂ ਉਹਨੇ ਗਰਾਊਂਡ ਨੂੰ ਲੈ ਜਾਣਾ ਨਾਲ ਤੇ ਉਹਨੇ ਆਪਣੇ ਵਾਂਗੂ ਰੱਖਣਾ ਇਦਾਂ ਵਾਲਾਂ ਨੂੰ ਕੱਟ ਗੁੱਟ ਬੋਲਵਾਨੀ ਕੱਟ ਜੇ ਪਵਾ ਗਏ ਅੱਛਾ ਤੇ ਫੇਰ ਜਿੱਦਾਂ ਨਾ ਭਾਜੀ ਵੱਡੇ ਭਾਈ ਦੇ ਸਾਟ ਲੱਗ ਗਈ ਫੇਰ ਯਾਨੀ ਉਹਨੇ ਫੋਕਸ ਕਰਿਆ ਮੇਰੇ ਤੇ ਠੀਕ ਆ ਉਦਾਂ ਸ਼ੌਂਕ ਮੈਨੂੰ ਪੜਾਈ ਵਿਢੂਈ ਦਾ ਜ਼ਿਆਦਾ ਸੀਗਾ ਤੇ ਭਾਜੀ ਨੇ ਇਦਾਂ ਫੋਕਸ ਕਰਿਆ ਮੇਰੇ ਤੇ ਫੇਰ ਭਰਾ ਨੇ ਜਿੱਦਾਂ ਬਹੁਤ ਫੂ ਤੇ ਫੇਰ ਭਾਜੀ ਜਿੱਦਾਂ 2017 ਦੇ ਵਿੱਚ ਪਹਿਲੀ ਵਾਰ ਜਿੱਦਾਂ ਪਿੰਡ ਖੇਡਿਆ ਸੀਗਾ ਇਦਾਂ ਨਾਰਥ ਫੈਡਰੇਸ਼ਨ ਦਾ ਕੱਪ ਖੇਡਿਆ ਸੀਗਾ ਜਿੱਦਾਂ ਕੋਟਲੀ ਥਾਨ ਸਿੰਘਲ ਨੂੰ ਤੇ ਉਸ ਤੋਂ ਬਾਅਦ ਭਾਜੀ ਜਿੱਦਾਂ ਇੰਜਰੀਆਂ-ਇੰਜਰੀਆਂ ਦੇ 2-2-3 ਸਾਲ ਸ਼ਿਕਾਰ ਰਹੇ ਆ ਜਿੱਦਾਂ ਹਨਾ ਤੇ ਫੇਰ ਭਾਜੀ ਰੱਖ ਲਓ 2020 ਦੇ ਵਿੱਚ ਸੋਹਣ ਭਾਜੀ ਆਪਣੇ ਰੌੜਕੀ ਵਾਲੇ ਉਹਨਾਂ ਨੇ ਲੀਗ ਚਲਾਈ ਸੀ ਸ਼ਹੀਦ ਭਗਤ ਸਿੰਘ ਵੱਡੀ ਲੀਗ ਉੱਥੋਂ ਭਾਜੀ ਯਾਨੀ ਆਪਣੀ ਪਰਫਾਰਮੈਂਸ ਉੱਪਰ ਨੂੰ ਆਈ ਆ ਜਿੱਦਾਂ ਰੱਖ ਲਓ ਠੀਕ ਵਾਰ ਤੁਹਾਡਾ ਕੀ ਕਹਿਣਾ ਪਈ ਜਿਹੜੀ ਉਹ ਲੀਗ ਚੱਲੀ ਸੀਗੀ ਜਿੱਦਾਂ ਸੋਹਣ ਭਾਈ ਨੇ ਚਲਾਈ ਸੀਗੀ ਭਾਈ ਮੈਂ ਕਹਿੰਨਾ ਨਵੇਂ ਪਲੇਅਰਾਂ ਵਾਲੀ ਬਹੁਤ ਵਧੀਆ ਚੀਜ਼ ਐ ਉਹ ਬਈ ਜਦੋਂ ਨਵਾਂ ਪਲੇਅਰ ਉੱਠਦਾ ਜਿੱਦਾਂ ਸਾਨੂੰ ਉਸ ਚੀਜ਼ ਤੋਂ ਮੌਕਾ ਮਿਲਿਆ ਅਸੀਂ ਗਾਹ ਆਏ ਆ ਅਸੀਂ 2 ਸਾਲ 2 ਸਾਲ ਮੈਂ ਇੰਗਲੈਂਡ ਗਏ ਆ ਭਾਜੀ ਆਪਾਂ ਕਹਿੰਦੇ ਇਹ ਲੀਗ ਖੇਡੀ ਤਾਂ ਜਾਣੀ ਆਪਾਂ ਨੂੰ ਬਹੁਤ ਫਾਇਦਾ ਹੋਇਆ ਉਸ ਚੀਜ਼ ਦਾ ਹਾਂਜੀ ਭਾਜੀ ਤੇ ਜੇ ਗੱਲ ਪਰਿਵਾਰ ਵਿੱਚ ਕੌਣ-ਕੌਣ ਐ ਪਰਿਵਾਰ ਚ ਭਾਜੀ ਅਸੀਂ ਜਿੱਦਾਂ ਸਾਡਾ ਪਰਿਵਾਰ ਹੈਗਾ ਜਿੱਦਾਂ ਵੱਡਾ ਥੋੜਾ ਜਿਹਾ ਦਾ ਚਾਰ ਭਾਈ ਆ ਭੈਣਾਂ ਆ ਤਿੰਨ ਮੰਮੀ ਆ ਡੈਡੀ ਆ ਤੇ ਉਦੋਂ ਦਾ ਬਾਕੀ ਚਲੋ ਪਰਿਵਾਰ ਚ ਜਿੱਦਾਂ ਪਹਿਲਾਂ ਸ਼ੁਰੂ ਤੁਸੀਂ ਭਾਜੀ ਨੇ ਸਪੋਰਟ ਕਰੀ ਸੀ ਤੇ ਹੁਣ ਜਿੱਦਾਂ ਸਾਡੇ ਭੈਣ ਹੋਣੀ ਬਾਹਰ ਆ ਉਹ ਵੀ ਕਰਦੇ ਕਰਦੇ ਆ ਠੀਕ ਹੈ ਤੇ ਹਾਂਜੀ ਫਿਰ ਡੈਡੀ ਹੋਣੀ ਵੀ ਜਾਨੀ ਵਧੀਆ ਕਰਦੇ ਆ ਆਪਾਂ ਨੂੰ ਸਪੋਰਟ ਸਰਪੰਚ ਜਦੋਂ ਤੁਸੀਂ ਕਹਿ ਰਹੇ ਸੀ ਪੜ੍ਹਾਈ ਦਾ ਤੁਹਾਨੂੰ ਸ਼ੌਂਕ ਬਹੁਤ ਸੀ ਪੜ੍ਹਾਈ ਹੁਣ ਕੰਟੀਨਿਊ ਜੇ ਛੱਡ ਦਿੱਤੀ ਆ ਕੋਈ ਪੜ੍ਹਾਈ ਫੇਰ ਜਿੱਦਾਂ ਰੱਖ ਲਾ ਲੋਕਡਾਊਨ ਤੋਂ ਬਾਅਦ ਛੱਡਤੀ ਸੀਗੀ ਜਿੱਦਾਂ ਪਹਿਲਾਂ ਜਿੱਦਾਂ ਇੱਥੇ ਪਿੰਡੇ ਆਪਣੇ ਪੜ੍ਹਦੇ ਸੀ ਜਦਾਂ ਸਕੂਲ ਸਰਕਾਰੀ ਹੋਈ ਠੀਕ ਹੈ ਤੇ ਫੇਰ ਭਾਈ ਜਿੱਦਾਂ ਗ੍ਰੈਜੂਏਸ਼ਨ ਕਰਦਾ ਕੀਤੀ ਆ ਜਿੱਦਾਂ ਆਰਾਮਗੜੀਆ ਹਾਂਜੀ ਭਾਈ ਆਰਾਮਗੜੀਆ ਕਾਲਜ ਤੋਂ ਕਰੀ ਸੀ ਫਗਵਾੜੇ ਤੋਂ ਫੇਰ ਭਾਈ ਜਿੱਦਾਂ ਅਥੇ ਜਦੋਂ ਭੈਣ ਵੀ ਨਹੀਂ ਕਹਿੰਦੇ ਸੀ ਚੱਲ ਵੇ ਬਾਹਰ ਦਾ ਬਣਾ ਦਨੇ ਆ ਭਾਈ ਤੁਹਾਨੂੰ ਪਤਾ ਪੰਜਾਬ ਦੇ ਮਾਹੌਲ ਦਾ ਬਿਲਕੁਲ ਤੇ ਫਿਰ ਭੈਣ ਹੁਣੀ ਕਹਿੰਦੇ ਵੀ ਚੱਲ ਬਾਹਰ ਦਾ ਬਣਾ ਲੰਨੇ ਆ ਤੇ ਤੂੰ ਆਇਲਸ ਕਰ ਲਾ ਭਾਜੀ ਠੀਕ ਆ ਕਿਤੀ ਆਇਲਸ ਫਿਰ ਤੇ ਭਾਜੀ ਫਿਰ ਉਹੀ ਦਾਦਾਂ ਵੀ ਜਦੋਂ ਆਇਲਸ ਕਰਦੇ ਕਰਦੇ ਜਦੋਂ ਆਇਲਸ ਕਰਦੇ ਸੀਗੇ ਤੇ ਨਾਲ ਖੇਢੀ ਵੀ ਜਾਣਾ ਭਾਜੀ ਹੂੰ ਤੇ ਇਦਾਂ ਆਇਲਸ ਕਰਦਾ ਸੀਗਾ ਤੇ ਭੈਣ ਜਦਾਂ ਉੱਥੇ ਮਠੱਡਿਆਂ ਮੈਚ ਸੀਗੇ ਭਾਈ ਸਾਡੇ ਲਾਗੇ ਤੇ ਸਾਡੀ ਟੀਮ ਸੀਗੀ ਧਲੇਤੇ ਦੀ ਅਸੀਂ ਮੈਂ ਧਲੇਤੇ 'ਚ ਖੇਡਦਾ ਸੀ ਤਾਂ ਹੈਰੀ ਸਾਡਾ ਵਧੀਆ ਪਿਆਰ ਮੁੰਡਾ ਤਾਂ ਹੈਰੀ ਧਲੇਤੇ ਵਾਲਾ ਉਹਨੇ ਟੀਮ ਬਣਾਈ ਹੋਸੀ ਅਸੀਂ ਧਲੇਤੇ 'ਚ ਖੇਡਦੇ ਸੀਗੇ ਤੇ ਅਸੀਂ ਪਹਿਲਾਂ ਸਾਡਾ ਮੈਚ ਚਲੋ ਠੀਕ ਸਗਾ ਟੀਮ ਨਾਲ ਤੇ ਮੋੜ ਕੇ ਸਾਡਾ ਸੈਮੀ ਮੈਚ ਹੈਗਾ ਵਧੀਆ ਜਿੱਦਾਂ ਧਨੋਰੀ ਦੀ ਟੀਮ ਸਪੈਸ਼ਲ ਆਈ ਸੀਗੀ ਜਿੱਦਾਂ ਏਰੀਏ ਸਾਡੇ 'ਚ ਖੇਡਣਾ ਤੇ ਮੈਂ ਪਹਿਲੀ ਵਾਰ ਜਾਨੀ ਤਨੋਰੀ ਦੇ ਪਲੇਅਰ ਦੇਖੇ ਸੀਗੇ ਮੈਨੂੰ ਪਤਾ ਨਹੀਂ ਸੀਗਾ ਇਹਨਾਂ ਠੀਕ ਤੇ ਅਸੀਂ ਉਦੋਂ ਹਨਾ ਵੀ 2022 ਦੇ ਵਿੱਚ ਤਨੋਰੀ ਦੀ ਟੀਮ ਹਾਰਾਈ ਭਾਜੀ ਸੈਮੀ ਮੈਚ ਦੇ ਵਿੱਚ ਸਾਰੀ ਵਧੀਆ ਟੀਮ ਸੀਗੀ ਭਾਜੀ ਜਿੱਦਾਂ ਤਿੰਨ ਪਿੰਡਵਾਰ ਤਿੰਨ ਪਲੇਅਰ ਬਾਹਰੋਂ ਸੀਗੇ ਉਹਦੇ ਵਿੱਚ ਭਾਜੀ ਸੁੱਖੀ ਭਾਜੀ ਖੇਡਦਾ ਹੀ ਖੁੱਡਾ ਵਾਲੀ ਸੀਰ ਵਾਲਾ ਗੂਰਾ ਸਰਾਲਾ ਸੀਗਾ ਤੇ ਇੱਕ ਭਾਜੀ ਪਲੇਅਰ ਹੋਰ ਸੀਗਾ ਹਨਾ ਤੇ ਬਾਕੀ ਸਾਰੀ ਤਨੋਰੀ ਦੀ ਟੀਮ ਸੀਗੀ ਤੇ ਅਸੀਂ ਉੱਥੇ ਭਾਈ ਸੈਮੀ ਜਦੋਂ ਤਨੋਰੀ ਦੀ ਟੀਮ ਹਰਾ ਦਿੱਤੀ ਤੇ ਫੇਰ ਭਾਈ ਸਾਡਾ ਫਾਈਨਲ ਪਿੰਡ ਨਾਲ ਸੀਗਾ ਤੇ ਅਹੀਂ ਭਾਜੀ ਪਿੰਡ ਦੇ ਵਿੱਚ ਜਿੱਦਾਂ ਬਾਹਰੋਂ ਜਿਹੜੇ ਖੇਡਦੇ ਸੀਗੇ ਟਿੱਡਾ ਪੰਡਾਲ ਟੋਲ ਕੀ ਕਾਲਾ ਸੰਗਾ ਤੇ ਹਰਮਨ ਜਲਾਲਪੁਰ ਅੱਛਾ ਤੇ ਭਾਜੀ ਉੱਥੇ ਵੀ ਯਾਨੀ ਉਹ ਮੈਚ ਵੀ ਅਸੀਂ ਜਿੱਦਾਂ ਵਨ ਕੀਤਾ ਸੀ ਉਹ ਮੈਚ ਪਿੰਡ ਦੀ ਟੀਮ ਨੂੰ ਹਰਾਇਆ ਤੇ ਜਿੱਦਾਂ ਮੈਂ ਉੱਥੇ ਬੈਠ ਨਿਕਲਿਆ ਸੀ ਭਾਜੀ ਉਦੋਂ ਮੈਂ ਤੇ ਮੁੰਡਾ ਨਾਲ ਮੇਰੇ ਲੰਬੜ ਕਹਾਲੇ ਵਾਲਾ ਮੇਰੇ ਨਾਲ ਜਾਦੂ ਸੀ ਕਹਾਲੇ ਵਾਲਾ ਰੀਡਰ ਅਸੀਂ ਦੋਈ ਜਾਣੇ ਖੇਡਦੇ ਸੀਗੇ ਤੇ ਤੀਜਾ ਸਾਡੇ ਨਾਲ ਭਾਜੀ ਲੰਬੜ ਖੇਡਦਾ ਹੀ ਮੁੰਡਾ ਘਾਲਿਆਗਾ ਠੀਕ ਹੈ ਹਾਂਜੀ ਭਾਜੀ ਤੇ ਉੱਥੋਂ ਫੇਰ ਜਾਣੀ ਸ਼ੁਰੂਆਤ ਜ਼ਿਆਦਾ ਅੱਗੇ ਨੂੰ ਵਧਣ ਦੀ ਹੋਈ ਹੈ ਭਾਜੀ ਜਾਣੀ ਮਠੱਡੇ ਵਾਲਾ ਮੈਂ ਤੁਹਾਡੇ ਤੇ ਯਾਦਗਾਰੀ ਯਾਦਗਾਰੀ ਭਾਜੀ ਹਰ ਸਾਲੇ ਭਾਈ ਯਾਦਗਾਰੀ ਆਇਆ ਇਸ ਸਾਲ ਵੀ ਭਾਈ ਯਾਦਗਾਰੀ ਹੋ ਰਿਹਾ ਜਿੱਦਾਂ ਐਦਗੀ ਵੀ ਜਿਹੜੀ ਇੰਗਲੈਂਡ ਦੀ ਗੱਲ ਹੋਈ ਆ ਭਾਜੀ ਉਹ ਵੀ ਉੱਥੋਂ ਹੀ ਰਹੀ ਹੈ ਐਦਗੀ ਵੀ ਮੈਂ ਬੈਸਟ ਉੱਥੇ ਰਿਹਾ ਭਾਜੀ ਠੀਕ ਹੈ ਹਾਂਜੀ ਭਾਜੀ ਜਾਣੀ ਮਠੱਡੇ ਵਾਲਾ ਟੂਰਨਾਮੈਂਟ ਤੁਹਾਡੇ ਲਈ ਕਾਫੀ ਲੱਕ ਸਾਬ ਭਾਜੀ ਲੱਕੀ ਹਾਂਜੀ ਨਾ ਰੱਖ ਲੋ ਮਠੱਡਿਆਂ ਪਿੰਡ ਮਠੱਡਿਆਂ ਗਰਾਉ ਤੇ ਹੋਰ ਜੇ ਗੱਲ ਕਰੀ ਆਪਾਂ ਹਨਾ ਕਿ ਜਿਵੇਂ ਤੁਸੀਂ ਦੱਸਿਆ ਬੈਸਟਾਂ ਵਾਲੀ ਨਿਕਲੇ ਪਿਛੇ ਪੈ ਇੱਕ ਸਾਲ ਨਾ ਮਡੰड्या ਹਾਂਜੀ ਭਾਜੀ ਤੇ ਸਭ ਤੋਂ ਪਹਿਲੀ ਵਾਰ ਬੈਚ ਕਿਹੜੀ ਜਗ੍ਹਾ ਨਿਕਲੇ ਆ ਭਈ ਸਭ ਤੋਂ ਪਹਿਲੀ ਵਾਰ ਜਦੋਂ ਪੰਮੇ ਭਾਈ ਪੰਮੇ ਭਾਜੀ ਹੁਣੀ ਨਮਾਜੀਪੁਰ ਵਾਲੇ ਉਹਨਾਂ ਨੇ ਲੀਗ ਚਲਾਈ ਲੀਗ ਚਲਾਈ ਆ ਜਦੋਂ ਉਹ ਹਰ ਸਾਲ ਕਰਾਉਂਦੇ ਲੀਗ ਹਾਂਜੀ ਦੁਆਬਾ ਪਿੰਡੂ ਲੀਗ ਉਹ ਹਰ ਸਾਲ ਕਰਾਉਂਦੇ ਭਾਜੀ ਤੇ ਉਦੋਂ ਭਾਜੀ ਇਦਾਂ 2019 ਦੇ ਵਿੱਚ ਤੇ ਉਹ ਭਾਜੀ ਨੇ ਲੀਗ ਕਰਾਈ ਸੀ ਤੇ ਮੈਂ ਭਾਜੀ ਦੇ ਖੇਡਿਆ ਸੀਗਾ ਨਮਾਜੀਪੁਰ ਦੇ ਵਿੱਚ ਤੇ ਉਦੋਂ ਮੈਂ ਭਾਜੀ ਪਹਿਲੀ ਵਾਰ ਵਹਿਟ ਨਿਕਲੇ ਸਗਾ ਟਰੋਫੀਆਂ ਸੀਗੀਆਂ ਵਹਿਟਾਂ ਨੂੰ ਤੇ ਉਦੋਂ ਭਾਜੀ ਪਹਿਲੀ ਵਾਰ ਨਿਕਲੇ ਬੈਸਟ ਤੇ ਉਦੋਂ ਬਹੁਤ ਚਾਹ ਹੋਇਆ ਸੀ ਭਾਜੀ ਹਾਂਜੀ ਅੱਛਾ ਜ਼ਰੂਰ ਕਿਹਣਾ ਖਿਡਾਰੀ ਬੈਸਟ ਬਣਦਾ ਇਹਨੂੰ ਪਹਿਲੀ ਵਾਰ ਤਾਂ ਆਪ ਹੁੰਦਾ ਚਾਹ ਹੁੰਦਾ ਹੀ ਆ ਹਾਂਜੀ ਪਰਿਵਾਰ ਵਿੱਚ ਕਿਹੋ ਜਿਹਾ ਉਤਸ਼ਾਹ ਸੀ ਭਈ ਜਦੋਂ ਪਰਿਵਾਰ ਚ ਜਦੋਂ ਜ਼ਿਆਦਾ ਸ਼ੌਂਕ ਦਾ ਵੱਡੇ ਭਾਜੀ ਨੂੰ ਆ ਤੇ ਉਹਨੂੰ ਹੀ ਜ਼ਿਆਦਾ ਚਾਹ ਹੋਇਆ ਸੀ ਜਦੋਂ ਉਹ ਕੰਮ ਜਦਾਂ ਕਰਦਾ ਤੇ ਉਹ ਜਦਾਂ ਆਉਂਦਾ ਪਿਆਈ ਕਿਤੇ ਉਹ ਤੇ ਜਦੋਂ ਮੈਂ ਉਹਨੂੰ ਦੱਸਿਆ ਵੀ ਭਾਜੀ ਮੈਂ ਅੱਜ ਜਦਾਂ ਬੈਸਟ ਨਿਕਲੇ ਆ ਤੇ ਮੈਂ ਟਰੋਫੀ ਸੀਗੀ ਬੈਸਟਾਂ ਨੂੰ ਉਹ ਕਹਿੰਦਾ ਚਾਹੇ ਜਹਾਜ਼ ਵੀ ਹੋਵੇ ਪਹਿਲੀ ਆਰਦਾ ਤਾਂ ਮੈਨੂੰ ਬਹੁਤ ਚਾਹ ਆਇਆ ਕਹਿੰਦਾ ਚਾਹੇ ਕੋਸ਼ੀ ਵੀ ਨਾ ਹੁੰਦਾ ਜਹਾਜ਼ ਹੀ ਆ ਕਹਿੰਦਾ ਇਹ ਕਹਿੰਦਾ ਵੀ ਬਹੁਤ ਖੁਸ਼ੀ ਆ ਮੈਨੂੰ ਤੂੰ ਘਰ ਨੂੰ ਆ ਜਾ ਮੇਰਾ ਪੁੱਤ ਕੀ ਖਾਣਾ ਜਣੀ ਤਾਂ ਆਪਾਂ ਨੂੰ ਉਹ ਜਣੀ ਬੜਾ ਪਿਆਰ ਕਰਦਾ ਆਪਣੇ ਪੁੱਤਾਂ ਨੂੰ ਹੀ ਰੱਖਦਾ ਇਦਾਂ ਭਾਜੀ ਹਾਂਜੀ ਜਣੀ ਭਰਾ ਵੱਲੋਂ ਪੂਰੀ ਸਪੋਰਟ ਆ ਭਾਜੀ ਪੂਰੀ ਪੂਰੀ ਪ੍ਰਭਾ ਪਹਿਲਾਂ ਭਾਜੀ ਥੋੜਾ ਜਿਹਾ ਪਰਿਵਾਰ ਚ ਕਰਦੇ ਸੀਗੇ ਵੀ ਜਿੱਦਾਂ ਰੱਖ ਲਾ ਭਾਜੀ ਹਰ ਪਰਿਵਾਰ ਤੈਨੂੰ ਪਤਾ ਭਾਜੀ ਕਬੱਡੀ ਪਲੇਅਰ ਜਿਹੜਾ ਹੁੰਦਾ ਵੀ ਕੋਈ ਕਿਸੇ ਤਗੜੇ ਘਰੋਂ ਤਾਂ ਹੁੰਦਾ ਫਿਰ ਏਮਾ ਚੈਗਾ ਕਦੀ ਆਪਾਂ ਕਬੱਡੀ ਦਾ ਭਾਜੀ ਨਾਮ ਕਰੀ ਜਾਂਦੇ ਆ ਨਹੀਂ ਨਹੀਂ ਭਾਜੀ ਤੇ ਜਿੱਦਾਂ ਉਹ ਭਾਜੀ ਫਿਰ ਜਿੱਦਾਂ ਬਹੁਤ ਪਰਿਵਾਰ ਦੇ ਮੈਂਬਰਾਂ ਨੇ ਜਿੱਦਾਂ ਦੋਹਾਂ ਤਿੰਨਾਂ ਨੇ ਕਿਹਾ ਵੀ ਇਹਨੂੰ ਕੰਮ ਤੇ ਲਾ ਵੀ ਥੋੜਾ ਈਜ਼ੀ ਹੋਊਗਾ ਪਰਿਵਾਰ ਦਾ ਬਿਲਕੁਲ ਤੇ ਫਿਰ ਭਾਜੀ ਨੇ ਜਿੱਦਾਂ ਕਿਹਾ ਵੀ ਨਹੀਂ ਕੋਈ ਚੱਕਰ ਨਹੀਂ ਵੀ ਮੈਂ ਖੜਾਉਣਾ ਮੁੰਡਾ ਤੇ ਫਿਰ ਭਾਜੀ ਉਹਨੇ ਜਿੱਦਾਂ ਕਰਦੇ ਕਰਾਉਂਦੇ ਜਦੋਂ ਥੋੜਾ ਜਿਹਾ ਹੋਣ ਲੱਗਾ ਫਿਰ ਸਾਰੇ ਭਾਜੀ ਕੰਨ ਲਾ ਪਏ ਸਕੇ ਤੇ ਉਦੋਂ ਬ ਹਾਂਜੀ ਭਾਜੀ ਤੇ ਹੋਰ ਜਿਹੜੇ ਸਾਥੀ ਕਿਹੜਾਈ ਤੁਹਾਡੇ ਨਾਲ ਕਿਹੜੇ-ਕਿਹੜੇ ਜਿਹੜੇ ਸ਼ੁਰੂਆਤੀ ਦੇ ਸ਼ੁਰੂਆਤੀ ਜੀ ਭਾਜੀ ਜਿੱਦਾਂ ਰੱਖ ਲਾ ਜਿੱਦਾਂ ਪਹਿਲੀ ਜਦੋਂ ਪਹਿਲਾਂ-ਪਹਿਲਾਂ ਖੇਡਣੀ ਸ਼ੁਰੂ ਕੀਤੀ ਹੋਈ ਇਦਾਂ ਸ਼ੇਰੇ ਭਾਜੀ ਕੋਲ ਫਲਪੁੱਤੇ ਵਾਲੇ ਕੋਲ ਉਸਤਾਦ ਕੋਲ ਆਪਣਾ ਉਸਤਾਦ ਆ ਭਾਜੀ ਸ਼ੇਰਾ ਭਾਜੀ ਹਨ ਤੇ ਪਹਿਲੀਆਂ ਜਦੋਂ ਸਾਥੀ ਭਾਈ ਆਪਣਾ ਸਗਾ ਮੁੰਡਾ ਸ਼ੀਲਾ ਸਗਾ ਗੜੀ ਮਹਾ ਸਿੰਘ ਤੋਂ ਮੁੰਡਾ ਗਿੰਦਾ ਸੀ ਮਸੰਦਪੁਰ ਤੋਂ ਭਾਜੀ ਕਨੇਡਾ ਆ ਖੇਡਣ ਗਿਆ ਸੀ ਉੱਤੇ ਉਹ ਉੱਥੇ ਸੈਟਲ ਹੋ ਗਿਆ ਜਿੱਦਾਂ ਮੁੰਡਾ ਸਾਹਬਾ ਸਗਾ ਭਾਜੀ ਚੀਮਿਆਂ ਤੋਂ ਤੇ ਜਿੱਦਾਂ ਹੋਰ ਵੀ ਕਾਫੀ ਪਲੇਅਰ ਆ ਭਾਈ ਜਿੱਦਾਂ ਜਿੱਦਾਂ ਗਰਜੀਤ ਆ ਭਾਈ ਢੰਡਿਆਂ ਵਾਲਾ ਬਿਲਕੁਲ ਹਨਾ ਭਾਜੀ ਇਹ ਪਲੇਅਰ ਸਿਗੇ ਸ਼ਰਵਤੀ ਆਪਣੇ ਨਾਲ ਹਾਂਜੀ ਭਾਜੀ ਜਿਹੜੇ ਕੋਚ ਦੁਆਰਾ ਮਿਹਨਤ ਲੱਗਦੀ ਸ਼ੇਰੇ ਫਲਬੋਤੇ ਦਾ ਨਾਮ ਲਿਆ ਤੇ ਹਾਂਜੀ ਭਾਜੀ ਕਿਹੋ ਜਿਹੀ ਲੱਗਦੀ ਉੱਥੇ ਮਿਹਨਤ ਭਾਜੀ ਜਿੱਦਾਂ ਮਿਹਨਤ ਭਾਈ ਜਿੱਦਾਂ ਬਹੁਤ ਵਧੀਆ ਮਿਹਨਤ ਕਰਾਉਂਦੇ ਹਨਾ ਭਾਜੀ ਦਾ ਭਾਈ ਸੁਭਾਅ ਬਹੁਤ ਵਧੀਆ ਠੰਡਾ ਨਿੱਗਾ ਸੁਭਾਅ ਕਦੇ ਕਿਸੇ ਨੂੰ ਜਿੱਦਾਂ ਕਿ ਮਾਰਿਆ ਕੋ ਟਿਆ ਨਹੀਂ ਜਿੱਦਾਂ ਪਿਆਰ ਨਾਲ ਹੀ ਜਾਣੀ ਸਮਝਾਇਆ ਭਾਜੀ ਨੇ ਕਦੇ ਇਦਾਂ ਨਹੀਂ ਕੀਤਾ ਵੇ ਜੇ ਤੇਰਾ ਸਰੀਰ ਨਹੀਂ ਚੱਲਦਾ ਭਾਈ ਨੇ ਕਹਣਾ ਵੀ ਪਲਵਾਨ ਰਹਿਣ ਦੇ ਜੇ ਜ਼ਿਆਦਾ ਨਹੀਂ ਕਰ ਹੁੰਦੀ ਹਨਾ ਭਾਜੀ ਭਾਜੀ ਬਹੁਤ ਵਧੀਆ ਸੁਭਾਅ ਹੁਸਤਾਦ ਦਾ ਭਾਜੀ ਪਰ ਕਈ ਵਾਰ ਜਿਹੜੇ ਪਲੇਅਰ ਨਹੀਂ ਮੰਨਦੇ ਉਸੇ ਉਸੇ ਭਾਜੀ ਨਹੀਂ ਪਾਈ ਹਾਂਜੀ ਭਾਜੀ ਜਿੱਦਾਂ ਭਾਈ ਅਸਤਾਨ ਨੂੰ ਲੱਗਾ ਵੀ ਸਾਡੇ ਜਿ ਕੁਝ ਹੈਗਾ ਆ ਅਸਤਾਨ ਨੇ ਭਾਜੀ ਸਾਡੇ ਛੱਡੀਆਂ ਵੀ ਉਹ ਜਿੱਥੇ ਸਾਨੂੰ ਜਿੱਥੇ ਸਾਡੀ ਗਲਤੀ ਸੀ ਅਸਤਾਨ ਨੇ ਕਿਹਾ ਵੀ ਆ ਵੀ ਨਹੀਂ ਤੂੰ ਇੱਥੇ ਆ ਕਰ ਸਕਦਾ ਆ ਐਮੀ ਦੈਲਣਾ ਛੱਡ ਭਾਜੀ ਗੁੱਸਾ ਨਹੀਂ ਕੀਤਾ ਕਦੀ ਨਹੀਂ ਨਹੀਂ ਭਾਜੀ ਉਸਤਾਦ ਦੀ ਕਿਸੇ ਗੱਲ ਦਾ ਗੁੱਸਾ ਨਹੀਂ ਕਦੇ ਵੀ ਚਾਹੇ ਉਸਤਾਦ ਆਪਣੇ ਹੱਥ ਥੱਪੜ ਵੀ ਮਾਰ ਦੇਵੇ ਆਪਾਂ ਨੂੰ ਕਿਸੇ ਗੱਲ ਦਾ ਗੁੱਸਾ ਨਹੀਂ ਹੈਗਾ ਆਪਾਂ ਨੂੰ ਭਾਜੀ ਗਰਾਊਂਡ 'ਚ ਵੀ ਜਦੋਂ ਅਸੀਂ ਗਲਤੀਆਂ ਕਰਦੇ ਹਾਂ ਮੈਚ 'ਚ ਵੀ ਗਲਤੀਆਂ ਕਰਦੇ ਹਾਂ ਜਿੱਦਾਂ ਉਸਤਾਦ ਲਈ ਜਦੋਂ ਖੇਡੇ ਆ ਤੇ ਉਸਤਾਦ ਨੇ ਕਦੇ ਆਪਾਂ ਨੂੰ ਬੋਲਿਆ ਵੀ ਉੱਚਾ ਨਹੀਂ ਮਾਂ ਵੀ ਬੋਲਿਆ ਆਪਾਂ ਭਾਜੀ ਕਦੇ ਗੁੱਸਾ ਹੀ ਨਹੀਂ ਕਰਿਆ ਉਸਤਾਦ ਦੀ ਗੱਲ ਚੰਗੇ ਲਈ ਬੋਲਿਆ ਭਾਜੀ ਆਪਣੇ ਲਈ ਅੱਜ ਤੱਕ ਦਾ ਜਿਹੜਾ ਤੁਹਾਡਾ ਪਸੰਦੀਦਾ ਕੋਈ ਮੈਚ ਹੈ ਯਾਦ ਉਹ ਜਿੱਦਾਂ ਸਕੂਲਾਂ ਵਾਲੇ ਖੇਡਦੇ ਹੁੰਦੇ ਸੀ ਜਿੱਦਾਂ ਅਸੀਂ ਏਦਾਂ ਸਕੂਲੇ ਪਹਿਲੀ ਵਾਰ ਜਦੋਂ ਸਕੂਲਾਂ 'ਚ ਖੇਡੇਆਂ ਸੀਗਾ ਤੇ ਉਹ ਜਾਨੀ ਅਸੀਂ ਮੈਚ ਸਾਡੀ ਟੀਮ ਸਭ ਤੋਂ ਹਲਕੀ ਸੀਗੀ ਭਾਜੀ ਤੇ ਸਾਡੀ ਸਾਡੇ ਟੀਚਰਾਂ ਨੂੰ ਬਹੁਤ ਗਿਆ ਵੀ ਰਹਿਣ ਦੋ ਰਹਿਣ ਦੋ ਫਿਰ ਅਸੀਂ ਆਪਣੇ ਟੀਚਰ ਨੂੰ ਯਕੀਨ ਦਿਵਾਇਆ ਵੀ ਨਹੀਂ ਅਸੀਂ ਟਰੋਫੀ ਲੈ ਕੇ ਹੀ ਮੁੜਾਂਗੇ ਚਾਹੇ ਪਹਿਲੀ ਵਾਲੀ ਲੈ ਕੇ ਆਈਏ ਚਾਹੇ ਦੂਜੀ ਵਾਲੀ ਤੇ ਫਿਰ ਅਸੀਂ ਉਦੋਂ ਉੱਥੇ ਸੈਕੰਡ ਰਹੇ ਸੀ ਤੇ ਉਦੋਂ ਭਾਜੀ ਜਦੋਂ ਪਹਿਲਾ ਜਦੋਂ ਮੈਚ ਉੱਥੇ ਸ਼ੁਰੂਆਤ ਹੋਣ ਲੱਗੀ ਸੀ ਸਾਡਾ ਇਹ ਤਾਂ ਪਹਿਲਾ ਹੀ ਮੈਚ ਹੈਗਾ ਟੂਰਨਾਮੈਂਟ ਦਾ ਤੇ ਭਾਈ ਉਦੋਂ ਮੇਰੀ ਹਨਾ ਸਿਲੈਕਸ਼ਨ ਹੋਈ ਸੀ ਸਟੇਟ ਲੈਵਲ ਖੇਡਣ ਲਈ ਤੇ ਮੇਰੀ ਭਾਈ ਪਹਿਲੇ ਮੈਚ ਲਈ ਜਦੋਂ ਸਿਲੈਕਸ਼ਨ ਹੋ ਗਈ ਸੀ ਜਿੱਦਾਂ ਮੈਂ ਪਹਿਲਾ ਪਲੇਅਰ ਸੀਗਾ ਤੇ ਉਹ ਜਾਨੀ ਯਾਦਗਾਰੀ ਟੂਰਨਾਮੈਂਟ ਆਪਣੇ ਲਈ ਬਹੁਤ ਜ਼ਿਆਦਾ ਹਨਾ ਤੇ ਜਾਨੀ ਉੱਥੋਂ ਆਪਣੀ ਕਬੱਡੀ ਬਹੁਤ ਜ਼ਿਆਦਾ ਉੱਪਰ ਨੂੰ ਆਈ ਹੈ ਜਾਨੀ ਕਬੱਡੀ ਨਾਲ ਤੁਸੀਂ ਹੋਰ ਜ਼ਿਆਦਾ ਜੁੜ ਗਏ ਹਾਂਜੀ ਭਾਈ ਆਪਣਾ ਕਬੱਡੀਆਂ ਨੂੰ ਧਿਆਨ ਉਦੋਂ ਜ਼ਿਆਦਾ ਪਿਆ ਜਾਣੀ ਆਪਾਂ ਤੇ ਤੁਸੀਂ ਪਹਿਲਾ ਸੀ ਕਿ ਸੋਹਣ ਉਸਤਾਦ ਜਿਹੜੀ ਆਪਣੀ ਲੀਗ ਚੱਲੀ ਸੀ ਹਾਂਜੀ ਭਾਈ ਤੇ ਉਹਦੇ ਵੇਲੇ ਤੁਸੀਂ ਕਾਫੀ ਵਧੀਆ ਪ੍ਰਦਰਸ਼ਨ ਕੀਤਾ ਹਾਂਜੀ ਭਾਈ ਤੇ ਸੂਨ ਸਰ ਇੱਕ ਕਬੱਡੀ ਦਾ ਬ੍ਰਾਂਡਡ ਪਲੇਅਰ ਆ ਹਾਂਜੀ ਭਾਜੀ ਨੋ ਡਾਊਟ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਨਾ ਹਾਂਜੀ ਤੇ ਮੇਰੇ ਖਿਆਲ ਨਾਲ ਹਰ ਇੱਕ ਚਾਹੁੰਦਾ ਲੱਗੇ ਆ ਅਸੀਂ ਵੱਡੇ ਵੱਡੇ ਸਟਾਰਾਂ ਨਾਲ ਖੇਡੀਏ ਤੁਸੀਂ ਕਾਫੀ ਸਟਾਰਾਂ ਨਾਲ ਖੇਡੇ ਆ ਸ਼ੁਰੂਆਤ ਵਿੱਚ ਜਦੋਂ ਐਡੀ ਵੱਡੇ ਪਲੇਅਰਾਂ ਨਾਲ ਤੁਸੀਂ ਗਏ ਆ ਹਾਂਜੀ ਭਾਜੀ ਖੇਡਣ ਨਾਲ ਤੁਹਾਨੂੰ ਸਿਲੈਕਸ਼ਨ ਕਿੱਦਾਂ ਲੱਗਾ ਉਹ ਜਾਨੀ ਦਿਲ 'ਚ ਜਾਨੀ ਜਦੋਂ ਆਪਾਂ ਉਹਨਾਂ ਨੂੰ ਜਦਾਂ ਫੋਨ 'ਤੇ ਦੇਖਣਾ ਟੀਵੀ 'ਤੇ ਦੇਖਣਾ ਇਹਦਾ ਚਾਹ ਜਾਂ ਹੁੰਦਾ ਵੀ ਵੱਡੇ ਪਲੇਅਰਾਂ ਨਾਲ ਖੇਡੀਏ ਹਨਾ ਤੇ ਉਦੋਂ ਫੇ ਭਾਜੀ ਜਦਾਂ ਸੋਹਣ ਭਾਈ ਨੇ ਜਦਾਂ ਆਪਾਂ ਨੂੰ ਕਿਹਾ ਵੀ ਪਲਵਾਨ ਤੋਂ ਸਾਡੇ ਨਾਲ ਗਿਆ ਖੇਡਿਆ ਕਰਨਾ ਤੇ ਵੀ ਸਾਡੀ ਟੀਮ ਬਣ ਲੱਗੀ ਆ ਵੀ ਤੂੰ ਸਾਡੇ ਨਾਲ ਖੇਡਣਾ ਤੇ ਜਦੋਂ ਮੈਂ ਭਰਾ ਨੂੰ ਦੱਸਿਆ ਆਪੇ ਨੂੰ ਭਾਜੀ ਵੀ ਮੈਂ ਤਾਂ ਸੋਹਣ ਭਾਈ ਨਾਲ ਖੇਡਣਾ ਤੇ ਉਹਨੇ ਬੜਾ ਚਾਹ ਕਰਿਆ ਵੀ ਬਹੁਤ ਖੁਸ਼ੀ ਹੋਈ ਵੀ ਏਡੇ ਲੈਜੈਂਡ ਨਾਲ ਖੇਡਣਾ ਹੈ ਨਾ ਵੀ ਏਡੇ ਲੈਜੈਂਡ ਕੋਲ ਬੈਠਣਾ ਗੱਲਾਂ ਸਿੱਖਣੀਆਂ ਭਾਜੀ ਬਹੁਤ ਯਾਨੀ ਆਪਾਂ ਨੂੰ ਸੋਹਣ ਭਾਜੀ ਕੋ ਸੋਹਣ ਭਾਈ ਦਾ ਸੁਭਾਅ ਭਾਜੀ ਬਹੁਤ ਵਧੀਆ ਹਾਸਮਖ ਸੁਭਾਅ ਆ ਕਦੇ ਗੱਲਾਂ ਸੁਣੋ ਉਸਤਾਦ ਬਾਰੇ ਫੱਕਰ ਸੁਭਾਅ ਬਾਰੇ ਸਹੀ ਪੂਰੀਆਂ ਪੂਰੀਆਂ ਭਾਜੀ ਫੱਕਰ ਸੁਭਾਅ ਸੱਚੀ ਉਸਤਾਦ ਦਾ ਜੀ ਬਹੁਤ ਜ਼ਿਆਦਾ ਉਸਤਾਦ ਨੇ ਕਦੇ ਆਪਾਂ ਨੂੰ ਇਦਾਂ ਗਲਤ ਚੀਜ਼ ਜਾਨੀ ਯੂਜ਼ ਕਰਨ ਨੂੰ ਨਹੀਂ ਕਿਹਾ ਉਸਤਾਦ ਵੀ ਕਹਿੰਦਾ ਮਿਹਨਤ ਕਰੋ ਆਪਣੀ ਮਿਹਨਤ ਤੇ ਯਕੀਨ ਰੱਖੋ ਜੇ ਨਾ ਹੋ ਸਕਦਾ ਜਿੱਦਾਂ ਕਦੇ ਵੀ ਆਪਾਂ ਨੂੰ ਮੇਲੇ ਤੇ ਜਾਣਾ ਕਦੇ ਭੇਦ ਭਾਵ ਨਹੀਂ ਕਰਨਾ ਆਪਣੇ ਨਾਲ ਬਿਠਾਉਣਾ ਆਪਣੇ ਨਾਲ ਬਿਠਾ ਕੇ ਖਲਾਉਣਾ ਬੁਲਾਉਣਾ ਵੀ ਕਦੇ ਉਹਨਾਂ ਨੇ ਜਿੱਦਾਂ ਸੋਚਿਆ ਨਹੀਂ ਵੀ ਮੈਂ ਇਦਾਂ ਵੱਡਾ ਪਲੇਅਰ ਆ ਵੀ ਆਪਣੇ ਆਰਗਾ ਹੀ ਸਮਝਿਆ ਉਸਤਾਦ ਨੇ ਹਾਂਜੀ ਭਾਜੀ ਕਣ ਇਹ ਨਹੀਂ ਕਿ ਕਿ ਮੈਂ ਤਾਂ ਜੂਨੀਅਰ ਹਾਂ ਕਿ ਇਹਨਾਂ ਤੋਂ ਆਪਾਂ ਨਹੀਂ ਨਹੀਂ ਭਾਜੀ ਉਹਨਾਂ ਨੇ ਕਦੇ ਫਰਕ ਨਹੀਂ ਕਰਿਆ ਵੀ ਉਹਨੇ ਉਹਨਾਂ ਨੇ ਜਿੱਦਾਂ ਕਹਿ ਵੀ ਦੇਣਾ ਆ ਜਾ ਸ਼ਰਮਿਆ ਵੀ ਆ ਜਾ ਬਹਿ ਜਾ ਇੱਥੇ ਕੋਲ ਲੈ ਸ਼ਰਮਿਆ ਆ ਖਾਲਾ ਤੂੰ ਜਿੱਦਾਂ ਭਾਜੀ ਨੇ ਘਰੋਂ ਕੁਝ ਚਾਹ ਵੀ ਲੈ ਕੇ ਆਉਣੀ ਉਹ ਵੀ ਨਾਲ ਸਾਨੂੰ ਵੰਡ ਕੇ ਪਿਲਾਉਣੀ ਕਦੇ ਰੋਟੀ ਪਰੌਂਠਾ ਵੀ ਲਿਆਉਣਾ ਉਹ ਵੀ ਭਾਈ ਨੇ ਜਿੱਦਾਂ ਸਾਨੂੰ ਨਾਲੇ ਖਿਲਾਉਣਾ ਆਪਣੇ ਇਸ ਤੋਂ ਲਾਵਾ ਏਡੀ ਲੈਜੈਂਡ ਕੋ ਹੋਰ ਕੀ ਹੋ ਚੁੱਕਿਆ ਜਿੱਦਾਂ ਭਾਜੀ ਉਹਨਾਂ ਨੇ ਇਹੀ ਕਿਹਾ ਵੀ ਇੱਕ ਗੱਲ ਭਾਜੀ ਨੇ ਜਿੱਦਾਂ ਆਪਾਂ ਨੂੰ ਜਿੱਦਾਂ ਸਾਡੇ ਪਿੰਡ ਆ ਜੀ ਭਾਜੀ ਉਦੋਂ ਜਦੋਂ ਆਪਾਂ ਪਾਰਟੀ ਜੀ ਰੱਖੀ ਸੀਗੀ ਤੇ ਸਤਾਨ ਨੇ ਉਦੋਂ ਇੱਕ ਗੱਲ ਸ ਭਈ ਪੈਸੇ ਪਿੱਛੇ ਨਾ ਭੱਜੀ ਬੇ ਕਾਮਯਾਬ ਹੋਈ ਪੈਸਾ ਤੇਰੇ ਪਿੱਛੇ ਆਊਗਾ ਤੇ ਉਹ ਗੱਲ ਆਪਾਂ ਨੂੰ ਆਪਣੀ ਜ਼ਿੰਦਗੀ ਦੀ ਯਾਦ ਵਧੀਆ ਲੱਗਿਆ ਬਹੁਤ ਗੱਲਾਂ ਭਾਜੀ ਉਸਤਾਦ ਦੀ ਉਹ ਗੱਲ ਹਮੇਸ਼ਾ ਯਾਦ ਰਹਿਣੀ ਆ ਉਹ ਸਿੱਖਣ ਨੂੰ ਉਹ ਇੱਕ ਚੀਜ਼ ਆਪਾਂ ਨੂੰ ਬਹੁਤ ਆਪਾਂ ਨੂੰ ਮੋਟੀਵੇਟ ਕਰਦੀ ਸਹੀ ਹਾਂਜੀ ਭਾਜੀ ਅਸਾ ਜਿਹੜਾ ਇੰਗਲੈਂਡ ਦਾ ਸੀਜ਼ਨ ਥੋੜਾ ਚੱਲਿਆ ਪਹਿਲੇ ਸਾਲ ਦਾ ਹਾਂਜੀ ਭਾਜੀ ਉਥੇ ਕਿਦਾਂ ਕਬੱਡੀ ਪਾਣੀ ਕਿਹੋ ਜਿਹਾ ਲੱਗੇ ਜਦੋਂ ਭਾਜੀ ਪਹਿਲਾਂ ਜਦੋਂ ਮੈਚ ਜਦੋਂ ਕਮੈਂਟਰੀ ਮੈਚ ਹੈਗਾ ਨਾ ਸਾਡਾ ਤੇ ਸਾਡਾ ਮੈਚ ਇਦਾਂ ਸਗਾ ਸਲੂਰੀ ਟੀਮ ਦਾ ਦਾ ਵਧੀਆ ਪਲੇਅਰ ਸੀ ਜੱਗੂ ਸੀ ਹਾਕਮ ਵਾਲੀਆ ਮਨੀਤ ਨੌਰੀ ਲੰਬੜ ਮੱਲੀਆਂ ਵਾਲਾ ਤੇ ਭਿੰਦਾ ਮੁੱਲੇ ਵਾਲਾ ਖੇੜਿਆ ਭਾਜੀ ਉਹ ਟੀਮ ਜਿਹੜੀ ਸਾਡਾ ਉਹਨਾਂ ਨਾਲ ਮੈਚ ਸੀਗਾ ਤੇ ਥੋੜਾ ਜਿਹਾ ਦਾ ਪੈਰ ਟਿਕਨ ਟੈਕਦਾ ਨਹੀਂ ਸੀਗਾ ਜਦੋਂ ਮੈਨੂੰ ਜਦੋਂ ਇੱਕ ਜਫਾ ਸੀਗਾ ਉਹ ਮੈਚ ਫੇ ਭਾਜੀ ਥੋੜਾ ਜਿਹਾ ਇਦਾਂ ਹੋ ਗਿਆ ਦੋ ਕੁ ਮੈਚਾਂ ਬਾਅਦ ਬਈ ਮੈਚ ਆਪਣਾ ਵਧੀਆ ਲੱਗਣ ਲੱਪੇ ਸੀਗੇ ਸਾਰੇ ਤੇ ਕਾ ਤੇ ਜਿੱਦਾਂ ਕਦੇ ਖੇਡੇ ਨਹੀਂ ਸੀਗੇ ਇੰਨਾ ਭਾਜੀ ਮਿੱਟੀ 'ਚ ਖੇਡੇ ਆਪਾਂ ਇੱਥੇ ਇੰਡੀਆ ਦੇ ਵਿੱਚ ਜਿੰਨਾ ਖੇਡਦੇ ਆ ਬਿਲਕੁਲ ਤੇ ਉੱਥੇ ਘਾਹ ਦੀ ਕਬੱਡੀ ਦੇ ਮਿੱਟੀ ਵਾਲੀ ਕਬੱਡੀ ਬਹੁਤ ਪਾਜੀ ਡਿਫਰੈਂਟ ਆ ਤੇ ਫੇ ਭਾਜੀ ਚਲੋ ਹੋ ਗਿਆ ਮਾੜਾ ਮੋਟਾ ਜਿੱਦਾਂ ਠੀਕ ਠਾਕ ਪੈਰ ਟਿਕਨ ਲਾ ਪਿਆ ਹੀ ਭਾਜੀ ਆਪਣਾ ਹਾਂਜੀ ਭਾਜੀ ਉਹ ਸਾਰੇ ਖਿਡਾਰੀ ਖਾਸ ਸੀ ਕਿ ਜਿਹੜੇ ਕਹਿੰਦੇ ਸੀ ਕਿ ਸ਼ਰਮੇ ਨੂੰ ਪਹਿਲਾਂ ਕਿ ਦੇਖਿਆ ਨੇ ਉਹ ਭਾਜੀ ਫੇ ਉਹ ਜਿੱਦਾਂ ਉਹ ਜਿਹੜੇ ਖਿਡਾਰੀ ਇਦਾਂ ਕਹਿੰਦੇ ਵੀ ਸ਼ਰਮੇ ਪੁੱਤ ਵੀ ਮੈਚ ਉੱਪਰ ਆ ਵੀ ਮੈਚ ਬਰੋਬਰ ਆ ਵੀ ਤੂੰ ਦੋ ਕਬੱਡੀਆਂ ਪਾ ਦੇ ਵੀ ਮੈਂ ਹਾਂਜੀ ਭਾਜੀ ਵੀ ਤੂੰ ਦੋ ਕਬੱਡੀਆਂ ਪਾ ਦੇ ਵੀ ਮੈਚ ਬਰੋਬਰ ਆ ਤੇ ਮੈਂ ਜਿੱਤਣਾ ਆ ਮੈਂ ਜਿੱਤਨ ਵਾਲਾ ਆ ਆਪਣੇ ਤੇ ਇਦਾਂ ਹੋ ਗਈ ਸੀ ਭਾਜੀ ਉਦੋਂ ਫੇ ਵਧੀਆ ਲੱਗਾ ਉਹ ਉਦੋਂ ਭਾਜੀ ਵਧੀਆ ਲੱਗਾ ਹਾਂ ਜੀ ਭਾਜੀ ਜਿੱਦਾਂ ਆਪਣੇ ਪ੍ਰਮੋਟਰ ਵੀ ਖੋਜ ਹੈਗੇ ਪਾਲੇ ਚਾਚੇ ਹੋਣੀ ਤੇ ਉਹ ਵੀ ਕਹਿੰਦੇ ਵੀ ਸਾਡੇ ਪਿੰਡੂ ਨੇ ਵੀ ਸਾਡੀ ਸਾਡਾ ਵਧੀਆ ਮਾਣ ਕਰਿਆ ਵੀ ਕੋਈ ਕਹਿ ਨਹੀਂ ਸਕਦਾ ਵੀ ਸ਼ਰਮਾ ਇਦਾਂ ਬਕਾਰ ਬਲੇ ਲਿਆ ਜਾਂ ਸਪਾਰਸ਼ੀ ਆ ਉਹਨਾਂ ਨੇ ਪੂਰਾ ਮਾਣ ਕਰਿਆ ਭਾਜੀ ਆਪਣਾ ਫੇ ਦੂਜੀ ਸਾਲ ਜਿਹੜਾ ਹੁਣ 2023 ਦਾ 22 23 ਦਾ ਸੀ ਸੀ ਕਿਹੜੇ ਆਏ ਆ ਹਾਂਜੀ ਭਾਜੀ ਇਹ ਕਿਉਂ ਜਾ ਰਿਹਾ ਇਹ ਭਾਜੀ ਇਹ ਵੀ ਵਧੀਆ ਰਿਹਾ ਭਾਜੀ ਜਿੱਦਾਂ ਖੇਡਿਆ ਆਪਾਂ ਭਾਈ ਡਰਬੀ ਲਈ ਆ ਹਾਂਜੀ ਭਾਈ ਆਪਣੇ ਹਰਜਿੰਦਰ ਭਾਈ ਸਿੰਘ ਆਪਣੇ ਬੋਈ ਭਾਈ ਹੁਣੀ ਉਹਨਾਂ ਲਈ ਖੇਡਿਆ ਡਰਬੀ ਵਾਲਿਆਂ ਲਈ ਤੇ ਫੇਰ ਭਾਈ ਐਸ ਕੀ ਵਰਲਡ ਕੱਪ ਵੀ ਖੇਡਣ ਨੂੰ ਮਿਲਿਆ ਹਨ ਭਾਈ ਮੌਕਾ ਅੱਛਾ ਵਰਲਡ ਕੱਪ ਦਾ ਐਕਸਪੀਰੀਅੰਸ ਜ਼ਰੂਰ ਸਾਂਝਾ ਕਰੋ ਭਾਈ ਜਿੱਦਾਂ ਇੱਕ ਹਰ ਇੱਕ ਪਲੇਅਰ ਦਾ ਇਹਦਾ ਡ੍ਰੀਮ ਹੁੰਦਾ ਹਨਾ ਭਾਜੀ ਜਦੋਂ ਵਰਲਡ ਕੱਪ ਖੇਡੀਏ ਜਾਂ ਆਪਾਂ ਆਪੇ ਇੰਡੀਆ ਲਈ ਖੇਡੀ ਹੈ ਹਨਾ ਤੇ ਭਾਜੀ ਆਪਾਂ ਉਹ ਵਰਲਡ ਕੱਪ ਖੇਡੇ ਆਂ ਇੰਡੀਆ ਲਈ ਆਪਣੀ ਕੰਟਰੀ ਲਈ ਖੇਡੇ ਹਾਂਜੀ ਭਾਜੀ ਸੱਤੇ ਭਾਈ ਤੇ ਸੁਖੇ ਭਾਈ ਉਹਨਾਂ ਲਈ ਟੀਮ ਲਈ ਤੇ ਭਾਜੀ ਉਹ ਚੀਜ਼ ਦੀ ਬਹੁਤ ਪ੍ਰਾਊਡ ਮੂਮੈਂਟ ਹੈ ਆਪਾਂ ਨੇ ਜਦੋਂ ਸਾਰਾ ਆਪਣਾ ਪਰਿਵਾਰ ਯਾਨੀ ਖੋਜਿਆ ਉਹ ਚੀਜ਼ ਤੋਂ ਤੇ ਬਹੁਤ ਵਧੀਆ ਰਿਹਾ ਐਕਸਪੀਰੀਅੰਸ ਭਾਈ ਜਦੋਂ ਮੈਚ ਪੂਰਾ ਵਧੀਆ ਲੱਗੇ ਸਾਡੇ ਹਾਂਜੀ ਭਾਜੀ ਕਿਹੜੇ ਕਿਹੜੇ ਜਾਫੀ ਸੀ ਅੱਗੇ ਉੱਥੇ ਹਾਂ ਤੇ ਭਾਈ ਜਦੋਂ ਸਾਡੇ ਜਦੋਂ ਸਾਡਾ ਮੈਚ ਹੈਗਾ ਜਿਹੜਾ ਦਾ ਪਹਿਲਾਂ ਤਾਂ ਸਾਡਾ ਇੰਗਲੈਂਡ ਦਾ ਸੀਗਾ ਭਾਜੀ ਉੱਚ ਮੁੰਡੇ ਨਵੇਂ ਸੀਗੇ ਜਿੱਦਾਂ ਗਿੰਦੀ ਉਗੋ ਕੇ ਆਪਣਾ ਮੁੰਡਾ ਇੱਕ ਹਰਿਆਣੇ ਦਾ ਸੀਗਾ ਅੰਕੁਰ ਸ਼ਿੱਲੂ ਦੇ ਪਿੰਡ ਦਾ ਮੁੰਡਾ ਮੰਦਰ ਸੀਗਾ ਸੇਲ ਵੀਰੇ ਦਾ ਤੇ ਦੂਜਾ ਮੈਚ ਉਹ ਵੀ ਮੰਦਰ ਦੇ ਮੁੰਡੇ ਕਾਫੀ ਪ੍ਰੋਬਲਮ ਹਾਂਜੀ ਭਾਜੀ ਵਧੀਆ ਟੀਮ ਵਧੀਆ ਸੀਗੇ ਤੇ ਦੂਜਾ ਮੈਚ ਭਾਈ ਸਾਡਾ ਜਿੱਦਾਂ ਸੀਗਾ ਆਪਣੇ ਯੂਰਪ ਦੀ ਟੀਮ ਨਾਲ ਤੇ ਉਹਦੇ ਚ ਭਾਜੀ ਪਲੇਅਰ ਜਿੱਦਾਂ ਮੁੰਡਾ ਮਣੀ ਆਂ ਦਿਾਲਪੁਰਿਆ ਹਨਾ ਵਧੀਆ ਜੰਮੀਆ ਤੇ ਸਪਿੰਦਰ ਭਾਜੀ ਜਮਾਣੇ ਵਾਲਾ ਉਹ ਸੀਗਾ ਤੇ ਮੁੰਡਾ ਭਾਜੀ ਲੱਭੂ ਸਗਾ ਸੀਚੇ ਵਾਲ ਦਾ ਵਧੀਆ ਟੀਮ ਸੀ ਭਾਜੀ ਇਹ ਲੈਣ ਦਾ ਸੀਜ਼ਨ ਪੂਰਾ ਵਧੀਆ ਪੂਰਾ ਭਾਜੀ ਵਧੀਆ ਬਹੁਤ ਵਧੀਆ ਰਿਹਾ ਆਪਾਂ ਭਾਜੀ ਸ਼ੁਕਰਾਨਾ ਕਰਦੇ ਵੀ ਮਾਲਕ ਨੇ ਵੀ ਮੈਂ ਕਦੇ ਸੋਚਿਆ ਨਹੀਂ ਸੀਗਾ ਵੀ ਭਾਜੀ ਇੰਗਲੈਂਡ ਖੇਡੂਗਾ 2 ਸਾਲ ਤੇ ਮਹਾਰਾਜ ਦਾ ਸ਼ੁਕਰਾਨਾ ਕਰਦੇ ਆ ਵੀ ਖੇਡੇ ਆ ਵੀ ਉਹ ਵੀ ਇਦਾਂ ਦਾ ਬਈ ਬਾਈ ਗੁਰੂ ਦਾ ਸ਼ੁਕਰਾਨਾ ਹੀ ਆ ਭਾਜੀ ਹਮੇਸ਼ਾ ਪੰਜਾਬ ਦੇ ਵਿੱਚ ਕਿਹੜੀ ਅਕੈਡਮੀ ਵੱਲੋਂ ਕੱਢੇ ਆ ਭਾਈ ਮੈਂ ਭਾਜੀ ਜਿੱਦਾਂ ਸ਼ੁਰੂ ਤੋਂ ਹੀ ਲੈ ਕੇ ਹੁਣ ਤੱਕ ਭਾਈ ਸੂਨ ਭਾਈ ਉਹਨਾਂ ਨੇ ਹੀ ਖੇਡੇ ਆ ਜਿੱਦਾਂ ਪਹਿਲਾਂ ਰੁੜਕਾ ਕਲਾਂ ਸੀਗੀ ਸਾਡੀ ਟੀਮ ਭਾਜੀ ਭਾਈ ਬੀਬੀਐਸ ਰੁੜਕਾ ਕਲਾਂ ਬਿੰਦੂ ਭਾਜੀ ਹੋਣੀ ਆ ਨਾ ਤੇ ਫੇਰ ਭਾਜੀ ਜਿੱਦਾਂ ਪਿਛਲੇ ਆਏ ਇਸイヤー ਤੇ ਜਿੱਦਾਂ ਟੀਮ ਸਾਡੀ ਸੀਗੀ ਕੋਰੋ ਮੰਡਲ ਨਿਊਜ਼ੀਲੈਂਡ ਹਾਂਜੀ ਭਾਜੀ ਸੂਨ ਭਾਈ ਨੇ ਹੀ ਖੇਡੇ ਆ ਜਿੱਦਾਂ ਮੇਜਰ ਫੈਡਰੇਸ਼ਨ ਚ ਹਾਂਜੀ ਭਾਜੀ ਮੇਜਰ ਲੀਗ ਦੇ ਰੂਲ ਕਿਦਾਂ ਲੱਗਦੇ ਆ ਮੇਜਰ ਲੀਗ ਦੇ ਭਾਈ ਰੂਲ ਬਹੁਤ ਵਧੀਆ ਜਿੱਦਾਂ ਬਹੁਤ ਵਧੀਆ ਭਾਈ ਜਿੱਦਾਂ ਕਦੇ ਵੀ ਇਦਾਂ ਨਹੀਂ ਹੈਗਾ ਵੀ ਤੁਸੀਂ ਭੇਦ ਭਾਵ ਵਾਲਾ ਵੀ ਜਿੱਦਾਂ ਦਾ ਜੋ ਹਰੇਕ ਪਲੇਅਰ ਨਾਲ ਉਦਾਂ ਦਾ ਆ ਹਾਂਜੀ ਭਾਜੀ ਜਿੱਦਾਂ ਸਾਰੀਆਂ ਅਕੈਡਮੀਆ ਜਿੱਦਾਂ ਹੈਗੀਆਂ ਜਿੱਦਾਂ ਇੱਕੋ ਕਿੱਟ 'ਚ ਆ ਪਾਣੀ ਨਹੀਂ ਪੀ ਸਕਦੇ ਉਹ ਭਾਜੀ ਵਧੀਆ ਚੀਜ਼ ਆ ਜੇ ਇੱਕ ਪਲੇਅਰ ਨਾਲ ਜਿੱਦਾਂ ਟਾਈਮ ਨਾ ਹੋਣੇ ਵਾਲਾ ਰੂਲ ਕਿਦਾਂ ਲੱਗਦਾ ਬਹੁਤ ਵਧੀਆ ਭਾਜੀ ਜਿੱਦਾਂ ਕਦੇ ਇਦਾਂ ਜਿੱਦਾਂ ਰੱਖ ਲਵਾ ਕਈ ਜਦਾਂ ਆਲਪਣਾ ਹੁੰਦੀਆਂ ਭਾਜੀ ਉਤੋਂ ਕਈਆ ਲੇਟ ਹੋ ਜੀਦਾ ਹੈ ਨਾ ਤੇ ਜਿੱਦਾਂ ਮੇਜਰ ਲੀਗ ਦੇ ਮੈਚ ਆ ਜਿੱਦਾਂ ਪੂਰੇ ਟਾਈਮ ਤੇ ਪ੍ਰੋਪਰ ਜਿੱਦਾਂ ਹੋ ਜਾਂਦੇ ਆ ਉਹ ਅਸੀਂ ਟਾਈਮ ਨਾਲ ਘਰੇ ਆ ਜੀ ਦਾ ਘਰ ਦੇ ਵੀ ਖੋਚ ਰਹਿੰਦੇ ਆ ਨਾ ਵੀ ਫਿਕਰ ਨਹੀਂ ਹਾਂਜੀ ਭਾਈ ਅੱਛਾ ਲੇਟ ਆਉਣਾ ਚੰਗਾ ਲੱਗਦਾ ਭਾਈ ਲੇਟ ਆਉਣਾ ਕਿਹਨੂੰ ਚੰਗਾ ਲੱਗਦਾ ਭਾਈ ਦੱਸੋ ਅੱਛਾ ਮੈਂ ਤੁਹਾਡੇ ਕੋਲ ਤੁਸੀਂ ਇੱਕ 플레이ਰ ਆ ਹਾਂਜੀ ਭਾਈ ਕਿਉਂਕਿ ਤੁਹਾਡੇ ਕੋਲ ਸਵਾਲ ਹਰ ਕਬੱਡੀ ਦਾ ਇੱਕ ਦਰਸ਼ਕ ਪੁੱਛਦਾ ਕਿਉਂਕਿ ਦੇਖੋ ਤੁਸੀਂ ਮੈਂ ਇਹ ਨਹੀਂ ਤੁਹਾਨੂੰ ਨਹੀਂ ਕਹਿ ਰਿਹਾ ਸਾਰੇ ਕਲੇਅਰ ਨੂੰ ਕਹਿ ਰਿਹਾ ਹਾਂ ਹਾਂਜੀ ਭਾਈ ਹਰ ਦਰਸ਼ਕ ਚ ਹਰ ਕਮੇਟੀ ਚ ਆਉਂਦੀ ਸਾਡੇ ਸਮੇਂ ਨਾਲ ਮੈਚ ਹੋਣ ਤੁਹਾਨੂੰ ਉਡੀਕਦੇ ਰਹਿੰਦੇ ਆ ਹਾਂਜੀ ਭਾਈ ਠੀਕ ਆ ਕਮੇਟੀ ਵਾਰ-ਵਾਰ ਆਵਾਜ਼ਾਂ ਮਾਰੀ ਕਮੈਂਟਰ ਵਾਰ-ਵਾਰ ਆਵਾਜ਼ਾਂ ਮਾਰਦੇ ਆ ਤੁਸੀਂ ਨਹੀਂ ਮੈਂ ਬਾਰ ਬਾਰ ਫਿਰੇ ਕਰ ਮੈਂ ਤੁਹਾਨੂੰ ਨਹੀਂ ਕਹਿ ਰਿਹਾ ਮੈਂ ਸਾਰੇ ਪਲੇਅਰਾਂ ਨੂੰ ਕਹਿ ਰਿਹਾ ਕਿ ਉਹਦੋਂ ਕਿਉਂ ਨਹੀਂ ਆ ਰਹੇ ਆ ਕਿ ਉਦੋਂ ਵੀ ਪੈਸੇ ਵਧੀਆ ਦੇ ਰਹੀ ਕਮੇਟੀ ਦੇ ਰਹੀ ਜਾਂ ਮੇਜਰ ਲੀਗ ਦਾ ਕੋਈ ਡਰ ਹੁੰਦਾ ਜਾਂ ਉਥੇ ਜਿਹੜੀ ਤੁਸੀਂ ਗਲਤੀ ਕਰਦੇ ਹੋ ਉਸ ਸਜ਼ਾ ਪ੍ਰੋਪਰ ਮਿਲਦੀ ਹੈ ਨਹੀਂ ਭਾਜੀ ਇਦਾਂ ਨਹੀਂ ਕੋਈ ਪ੍ਰੋਬਲਮ ਹੁੰਦੀ ਮੈਂ ਤੁਹਾਨੂੰ ਦੱਸਦਾ ਕੀ ਮਸਲਾ ਹੈ ਜਿੱਦਾਂ ਹਣ ਰੱਖ ਲਓ ਕਈ ਯਾਰ ਦੂਰ ਮੈਚ ਹੁੰਦੇ ਆ ਭਾਜੀ ਫਿਰ ਭਾਜੀ ਉਥੋਂ ਆਉਂਦਿਆਂ ਨੂੰ ਜਿੱਦਾਂ ਰੱਖ ਲਓ ਜਦੋਂ ਪ੍ਰੋਪਰ ਆਪਾਂ ਨੂੰ ਕਈ ਵਾਰ ਡਾਈਟ ਨਹੀਂ ਮਿਲਦੀ ਭਾਜੀ ਸਾਰਾ ਦਿਨ ਖੇਡਦੇ ਆਪਾਂ ਭਾਜੀ ਪਰ ਖਾਣ ਚਲੋ ਹਣ ਆਪਾਂ ਅਖਸਰ ਕੋਈ ਪਲੇਅਰ ਵੀ ਭਾਜੀ ਕਬੱਡੀ ਵੀ ਰੱਖ ਲੋ ਆਪਾਂ ਰੋਟੀ ਕਮਾਉਣੇ ਆ ਤਾਂ ਖੇਡਦਾ ਨਾ ਤੇ ਭਾਈ ਕਈ ਵਾਰ ਤਾਂ ਰਾਹ 'ਚ ਵੀ ਇਦਾਂ ਡਾਈਟ ਪੂਰੀ ਪ੍ਰੋਪਰ ਨਹੀਂ ਮਿਲਦੀ ਤੇ ਉਹਦੇ ਕਰਕੇ ਵੀ ਜਿੱਦਾਂ ਘਰ ਆ ਕੇ ਵੀ ਜਿੱਦਾਂ ਭਾਜੀ ਲੇਟ ਹੋ ਜੀਦਾ ਖਾਣ ਪੀਣ ਤੋਂ ਹਨਾ ਤੇ ਤਾਂ ਕਰਕੇ ਭਾਜੀ ਅਗਲੇ ਦਿਨ ਉੱਠਣਾ ਵੀ ਭਾਜੀ ਫੇਰ ਖੇਡਣਾ ਉਹ ਭਾਜੀ ਕਈ ਵਾਰ ਤਾਂ ਜਿੱਦਾਂ ਰੱਖ ਲੋ ਆਪਦੀ ਰੋਟੀ ਲਈ ਆਪਣੀ ਡਾਈਟ ਬਣਾਉਣ ਦੇ ਲਈ ਉਹ ਵੀ ਟਾਈਮ ਬਹੁਤ ਹੋ ਜਾਂਦਾ ਭਾਜੀ ਮੈਂ ਜੇ ਦੂਰ ਵੀ ਹੁੰਦਾ ਕਈ ਵਾਰ ਭਾਈ ਬਹੁਤ ਚ ਪਰ ਦੇਖੋ ਨਾ ਜੇ ਆਪਾਂ ਇਹ ਸਾਡੀ ਗੱਲਾਂ ਨੇ ਇਹ ਵੀ ਸਹਿਮਤ ਆ ਵਿੱਚ ਲੀਗ ਦੇ ਜਿਹੜੇ ਟੂਰਨਾਮੈਂਟ ਹੁੰਦੇ ਨਾਰਥ ਇੰਡੀਆ ਫੈਡਰੇਸ਼ਨ ਦੇ ਟੂਰਨਾਮੈਂਟ तकरीबन 1:00 ਸਵਾ 1:30 ਦੇ ਵਿੱਚ ਵਿੱਚ ਮੈ ਸ਼ੁਰੂ ਹੋ ਜਾਂਦਾ ਹਾਂਜੀ ਭਾਜੀ ਹੋ ਜਾਂਦਾ ਨਾ ਹਾਂਜੀ ਭਾਜੀ ਤੇ ਆਲੂਪਨਾਂ ਦਾ तकरीबन 4 ਵਜੇ ਉਹੀ ਸਿਆਲਾਂ ਦੀ ਗੱਲ ਹੈ ਹਾਂਜੀ ਭਾਜੀ ਆਪਾਂ ਮੈਂ ਗਰਮੀ ਦੀ ਗੱਲ ਨਹੀਂ ਕਰ ਰਿਹਾ ਹਾਂਜੀ ਹਾਂਜੀ ਤੇ ਉਹਦੇ ਵਿੱਚ ਜੇ ਤੁਸੀਂ ਮੇਰੇ ਖਾਂ ਮੇਜਰ ਲੀਗ ਬਿਨਾਂ ਕੈਟਰ ਤੇ ਜਾਂਦੇ ਆ ਇਹਨਾਂ ਫੈਡਰੇਸ਼ਨਾਂ ਦੀ ਗੱਲ ਕਰੀਏ ਖਾਸ ਤੌਰ ਤੇ ਜੇ ਲੇਟ ਜਾਂਦੇ ਆ ਤਾਂ ਉਹਦੇ ਵਿੱਚ ਮੇਰੇ ਖਾਂ ਫਾਈਨ ਲੱਗਦਾ ਹਾਂਜੀ ਭਾਜੀ ਮੇਰੇ ਖਿਆਲ ਨਾਲ ਉਹ ਪੰਜਾਬੀ ਕਮੇਟੀਆਂ ਫਾਈਨ ਨਹੀਂ ਲਾਉਂਦੀਆਂ ਭਾਜੀ ਫਾਈਨ ਭਾਜੀ ਇਹ ਵੀ ਚੀਜ਼ ਦਾ ਫੇਰ ਪਹਿਲੇ ਲੈ ਜਾਂਦੇ ਪਲੇਅਰ ਖੜਾ ਚੱਲ ਝਗੜਾ ਕੁਝ ਕੱਟਣਾ ਹਾਂਜੀ ਭਾਜੀ ਪਰ ਨਹੀਂ ਭਾਜੀ ਇਦਾਂ ਨਹੀਂ ਹੁੰਦਾ ਕਈ ਵਾਰ ਭਾਜੀ ਕਮੇਟੀ ਵੀ ਆਪਾਂ ਨੂੰ ਇਦਾਂ ਕਹਿ ਦਿੰਦੀ ਆ ਵੀ ਇਸਕ ਟਾਈਮ ਤੱਕ ਆ ਜਿਓ ਹਨਾ ਕਈ ਵਾਰ ਕਮੇਟੀਆਂ ਵੀ ਭਾਜੀ ਜਿੱਦਾਂ ਪਲੇਅਰ ਭਾਜੀ ਪਲੇਅਰ ਨਹੀਂ ਗੱਲ ਤੋਂ ਕਮੇਟੀਆਂ ਹੀ ਆ ਬੈਠੇ ਹੋਏ ਆ ਕਿ ਸ਼ਾਮ ਦੇ ਵੇਲੇ ਹਾਂਜੀ ਭਾਜੀ ਕਮੇਟੀਆਂ ਹੀ ਆਪਾਂ ਨੂੰ ਕਹਿਦੀਆਂ ਵੀ ਇਸਕ ਬਿਲ ਦੇ ਹਾਂਜੀ ਲੇਟਾਂ ਲਾਈਆਂ ਹਾਂ ਹਾਂਜੀ ਲੇਟਾਂ ਦਾ ਹੈਗਾ ਭਾਈ ਕਈ ਜਗ੍ਹਾ ਤੇ ਮੇਲੇ ਹੁੰਦੇ ਆ ਹਨਾ ਭਾਜੀ ਸੋਣੀ ਮੇ ਪਾਜੀ ਸਾਨੂੰ ਨਹੀਂ ਹੁੰਦਾ ਪਾਜੀ ਸਾਨੂੰ ਤਾਂ ਇੱਕ ਤਰਫਾ ਨਹੀਂ ਕਹਿ ਸਕਦੇ ਹਾਂ ਕਬੀਟੀਆਂ ਵੀ ਗਲਤੀ ਹੈ ਕਈ ਯਾਰ ਪਾਜੀ ਹਾਂਜੀ ਭਈ ਸਾਨੂੰ ਤਾਂ ਜਿਹੜਾ ਟਾਈਮ ਦਿੱਤਾ ਹੁੰਦਾ ਵੀ ਇਸਕ ਟਾਈਮ ਤੇ ਆ ਜਿਓ ਪਾਜੀ ਅਸੀਂ ਚਲੇ ਜਾਈਦਾ ਜਿੱਦਾਂ ਹਣ ਪਾਜੀ ਤੁਹਾਨੂੰ ਕੱਲ ਦਾ ਜਿੱਦਾਂ ਸੀਨੀਅਰਸ ਹੋਂ ਭਾਈ ਦੀ ਗੱਲ ਇਹੀ ਆ ਵੀ ਸਹੋਂ ਭਾਈ ਚਾਹੇ ਮੈਚ ਲੇਟ ਹੋਵੇ ਚਾਹੇ ਜਲਦੀ ਹੋਵੇ ਸਹੋਂ ਭਾਈ ਨੇ ਸਾਨੂੰ ਪੂਰੇ ਟਾਈਮ ਤੇ ਸਾਨੂੰ ਬੁਲਾ ਲੈਣਾ ਵੀ ਇਸ ਟਾਈਮ ਤੇ ਆਪਾਂ ਪਹੁੰਚਣਾ ਹੈ ਚਾਹੇ ਮੈਚ ਲੇਟ ਆ ਆਪਣੀ ਬੋਡੀ ਰੈਸਟ ਹੋ ਜਾਊਗੀ ਇੰਦਾ ਸਫ਼ਰ ਜੋ ਕਿ ਬਹੁਤ ਲੰਬਾ ਹੁੰਦਾ ਪਾਜੀ ਹਾਂਜੀ ਕਈ ਯਾਰ ਇੱਧਰ ਪਾਜੀ ਮਾਝੇ ਜਾਣਾ ਹੁੰਦਾ ਕਈ ਯਾਰ ਮਾਲਵੇ ਜਾਣਾ ਹੁੰਦਾ ਉਸ ਹਾਵਨਾ ਪਾਜੀ ਟਾਈਮ ਨਾਲ ਲਿਆ ਜਾਂਦਾ ਹੁੰਦਾ ਤੁਹਾਨੂੰ ਯਾਨੀ ਉੱਥੇ ਜਾ ਕੇ ਘੰਟਾ ਕਰਾਸਟ ਰੁਮਾਲ ਲਾਉਦੇ ਪਾਈ ਸਾਨੂੰ ਦੋ ਦੋ ਘੰਟੇ ਵੀ ਰੈਸਟ ਮਿਲ ਜਾਂਦੀ ਸੀ ਸੋਣ ਪਾਈ ਨਹੀਂ ਜਾਂਦੇ ਆ ਇੰਦਾ ਹੈ ਪਾਜੀ ਅੱਛਾ ਵੀ ਖਰਾਕ ਦਾ ਫੇ ਕਿਦਾਂ ਮੰਨਦੀ ਹਾਂ ਖਰਾਕ ਬਾਈ ਬੁਜ਼ਾਰ ਜਿੱਦ ਜਾਂਦੇ ਆ ਖਰਾਕ ਭਾਜੀ ਕੋਈ ਤਾਂ ਕਈ ਵਾਰ ਤਾਂ ਨਾਲ ਲੈ ਜੀਦੀ ਆ ਭਾਜੀ ਕਈਆ ਟਾਈਮ ਨਹੀਂ ਲੱਗਦਾ ਜਿੱਦਾਂ ਫੇਰ ਭਾਜੀ ਰਾਹ 'ਚੋਂ ਹੀ ਖਰਾਕ ਖਾਣੀ ਪੈਂਦੀ ਭਾਈ ਉਹ ਕਿ ਖਰਾਕ ਭਾਜੀ ਸਰੀਰ ਨੂੰ ਚੰਗੀ ਤਰ੍ਹਾਂ ਲੱਗਦੀ ਨਹੀਂ ਜਿਹੜੀਆਂ ਜਿੱਦਾਂ ਸਾਨੂੰ ਪਤਾ ਵੀ ਸੁੱਕੀਆਂ ਰੋਟੀਆਂ ਉਹ ਭਾਜੀ ਕਿੱਥੇ ਤੁਹਾਨੂੰ ਪਤਾ ਪਲੇਨ ਲੱਗਦੀਆਂ ਆ ਨਾ ਭਾਜੀ ਤਾਂ ਇਦਾਂ ਹੁੰਦੀ ਆ ਭਾਜੀ ਅਸਾਂ ਪਰਿਵਾਰ ਵਿੱਚ ਜੇ ਹੁਣ ਜੇ ਤਾਂ ਚਲੋ ਬਾਹਰਲੀ ਖਰਾਕ ਹੋਵੇ ਘਰ ਦੀ ਖਰਾਕ ਕਿੱਦਾਂ ਕਰਦੀ ਖਰਾਕ ਭਾਈ ਜਿੱਦਾਂ ਰੱਖ ਲਾ ਵੱਡਾ ਭਾਈ ਆ ਜਿੱਦਾਂ ਸਾਰੀ ਖਰਾਕ ਆਪਣੇ ਲਈ ਬਣਾ ਕੇ ਰੱਖਦਾ ਜਦ ਮੈਂ ਮਿਹਨਤ ਵੀ ਕਰਕੇ ਆਣੀ ਆ ਵੱਡੇ ਭਾਈ ਨੇ ਜਿੱਦਾਂ ਜਿੱਦਾਂ ਰੱਖ ਲਾ ਆਪਣਾ ਦੁੱਧ ਦੁੱਧ ਲੱਸੀ ਲੂਸੀ ਜਿੱਦਾਂ ਬੱਕਰਾ ਰੱਖਿਆ ਹੋਣਾ ਤੇ ਨਾਲ ਨੌਨ ਵੇਜ ਵਗੈਰਾ ਜੋ ਵੀ ਆਪਣਾ ਉਹ ਖਰਾ ਖਰਾ ਰੱਖਿਆ ਹੋਣਾ ਖਾਣ ਵੀ ਆਪ ਆਏ ਹੋਣ ਖਾਣਾ ਆ ਉਹਦੇ ਬਾਅਦ ਤੂੰ ਆ ਖਾ ਪੀ ਲੈ ਸ਼ਰਮਾ ਫੈਮਿਲੀ ਤੋਂ ਬਿਲੋਂਗ ਕਰਦੇ ਆ ਪਟਾਚੋ ਹਾਂਜੀ ਭਾਈ ਪਰਿਵਾਰ ਇਤਰਾਜ਼ ਨਹੀਂ ਕਰਦਾ ਬਾਕੀ ਕੀ ਨਹੀਂ ਭਾਈ ਉਹਨਾਂ ਨੂੰ ਨਹੀਂ ਭਾਈ ਜਿੱਦਾਂ ਉਹਨਾਂ ਨੂੰ ਪਤਾ ਆ ਵੀ ਜਿੱਦਾਂ ਚਲੋ ਖਾਣਾ ਪੀਣਾ ਹੈਣਾ ਭਾਈ ਥੋੜਾ ਬਤਾ ਜਿੱਥੇ ਤੱਕ ਆਪਣਾ ਪਹਲੇ ਹਾਜ ਕਰ ਲਈ ਦੀ ਆ ਭਾਈ ਜਿੱਦਾਂ ਤਾਂ ਵੀ ਦਾ ਪਰਿਵਾਰ ਇਦਾਂ ਬਾਲਾ ਨਹੀਂ ਕਿਦਾਂ ਉਹਨਾਂ ਨੂੰ ਪਤਾ ਵੀ ਮੁੰਡਾ ਖੇਡਦਾ ਹੈ ਵੀ ਉਹਨੂੰ ਘੋੜਿਆ ਮੋੜੀ ਹਾਂਜੀ ਭਾਜੀ ਹੋਰ ਨਹੀਂ ਕੋਈ ਚੱਕਰ ਭਾਜੀ ਅਸਾ ਸਰਵੇਂ ਤੂੰ ਜਿੱਦਾਂ ਹੁਣ ਦੱਸਿਆ ਕਿ ਇਹ ਨਾ ਭਰਾ ਜਿਹੜਾ ਤੁਹਾਡੇ ਪੂਰੀ ਸਪੋਰਟ ਕਰਦਾ ਹਾਂਜੀ ਭਾਜੀ ਅਕਸਰ ਇਹ ਹੁੰਦਾ ਕਿ ਪਰਿਵਾਰ ਵਿੱਚ ਤਾਂ سپورਟ ਚਲੋ ਕਰਦੇ ਹੁੰਦੇ ਆ ਹਾਂਜੀ ਭਾਜੀ ਤੇ ਪਿੰਡ ਵਿੱਚੋਂ ਜਾਂ ਫਿਰ ਲਾਗਲੇ ਪਿੰਡਾਂ ਦੇ ਆਪਣੇ ਪ੍ਰੋਮੋਟਰ ਹੁੰਦੇ ਜਾਂ ਕਿ ਹੋਰ ਯਾਰ ਵੀ ਲਿੰਦੇ ਆ ਹਾਂਜੀ ਭਾਜੀ ਉਹ ਵੀ ਕਿਤੇ ਨਾ ਕਿਤੇ ਜਿਹੜੇ ਕਬੱਡੀ ਨੂੰ ਪਿਆਰ ਕਰਨ ਵਾਲੇ ਵੀ سپورਟ ਕਾਫੀ ਕਰਦੇ ਹਾਂ ਹਾਂਜੀ ਭਾਜੀ ਤੁਹਾਨੂੰ ਹੁਣ ਥੋੜਾ ਜਿਦਾ ਇੰਗਲੈਂਡ ਦੇ ਸਫਰ ਲੱਗਣ ਤੋਂ ਬਾਅਦ ਚ سپورਟ ਕਰਨੀ ਸ਼ੁਰੂ ਹੋਈ ਹੈ ਕਿਸੇ ਪਾਸਿਓ ਜਾਂ ਹਾਲੇ ਤੱਕ ਨਹੀਂ ਹੋਈ ਜਾਂ ਫਿਰ ਪਹਿਲਾਂ ਹੀ سپورਟ ਕਰਦੇ ਸੀ ਇਦਾਂ ਭਾਜੀ ਜਿੱਦਾਂ ਇਦਾਂ ਕਹਿ ਲਈਏ ਜਿੱਦਾਂ ਰੱਖ ਲਓ ਜਦੋਂ ਆਪਾਂ ਹਨਾ ਆਪਣੇ ਪਿੰਡ ਦੇ ਬੰਦਿਆਂ ਦੇ ਅੱਗੇ ਖੇਡਦੇ ਆ ਪਿੰਡ ਦੇ ਵਿੱਚ ਖੇਡਦੇ ਆ ਜਾ ਕੋਈ ਪਿੰਡ ਦਾ ਪ੍ਰਮੋਟਰ ਉਹਦੇ ਸਾਹਮਣੇ ਖੇਡਦੇ ਆ ਭਾਜੀ ਇਹਨਾਂ ਨੂੰ ਪਤਾ ਲੱਗ ਜਾਂਦਾ ਸਾਡੇ ਪਿੰਡ ਦਾ ਪਲੇਅਰ ਖੇਡਦਾ ਆ ਜਦੋਂ ਭਾਜੀ ਮੈਂ ਜਦੋਂ ਪਾਲੇ ਚਾਚਾ ਉਹਨਾਂ ਨੂੰ ਕਦੇ ਮਿਲਿਆ ਨਹੀਂ ਸੀਗਾ ਤੇ ਜਦੋਂ ਵੱਡਾ ਭਾਈ ਜਾਣਦਾ ਸੀ ਵੱਡੇ ਭਾਈ ਖੇਡਦਾ ਹੀ ਆਣਾ ਉਹਨੂੰ ਜਾਣਦੇ ਜੁਣਦੇ ਸੀਗੇ ਤੇ ਜਦੋਂ ਵੀ ਮਠੱਡਿਆਂ ਉਹਨਾਂ ਨੇ ਕਿਹਾ ਵੀ ਤੂੰ ਬੜੇ ਪਿੰਡਾ ਕਿੱਦਾਂ ਵੀ ਤੇ ਕਿਹਨਾਂ ਦਾ ਮੁੰਡਾ ਤੇ ਚਾਚਾ ਵੱਡਾ ਭਾਈ ਕਹਿੰਦਾ ਵੀ ਚਾਚਾ ਹਾਂ ਜੀ ਤੇ ਚਾਚਾ ਜੀ ਤੇ ਭਾਜੀ ਕਹਿੰਦਾ ਵੀ ਚਾਚਾ ਵੀ ਮੇਰਾ ਛੋਟਾ ਭਰਾ ਆ ਹੂੰ ਤੇ ਇਦਾਂ ਆ ਤੇ ਭਾਈ ਜਦੋਂ ਆਪਾਂ ਆਪਣਾ ਆਪਣੇ ਨੂੰ ਜਦਾਂ ਦੱਸਦੇ ਆ ਵੀ ਇਦਾਂ ਖੇਡੋ ਜਦੋਂ ਭਾਈ ਆਪਣੀ ਪਰਫਾਰਮੈਂਸ ਵਧੀ ਆਉਂਦੀ ਆ ਤੇ ਭਾਈ ਪਿੰਡ ਦੇ ਵੀ ਆਪਾਂ ਨੂੰ ਸਪੋਰਟ ਕਰਦੇ ਆ ਬਿਲਕੁਲ ਹਾਂਜੀ ਭਾਜੀ ਫੇਰ ਭਾਜੀ ਜਦਾਂ ਆਪਣੇ ਲਾੜੇ ਅੰਕਲ ਹੁਣੀ ਆ ਲਾੜੇ ਸੁਤਾ ਨਟਾਰੀਓ ਕਲੱਬ ਦੇ ਤੇ ਉਹ ਵੀ ਭਾਜੀ ਆਪਾਂ ਨੂੰ ਜਿੱਦਾਂ ਸਪੋਰਟ ਕਰਦੇ ਆ ਕੁਲਵਿੰਦਰ ਸੁਤੇ ਹੁਣੀ ਸਣੀ ਸੁਤੇ ਹੁਣੀ ਪਿੰਦਾ ਅੰਕਲ ਬੈਨਕੂਵਰ ਕਲੱਬ ਵਾਲੇ ਜਾਣੀ ਹਾਂਜੀ ਭਈ ਆਪਾਂ ਨੂੰ ਸਾਰੇ ਸਪੋਰਟ ਕਰਦੇ ਆ ਜਿੱਦਾਂ ਸਾਡਾ ਭਾਈ ਆ ਜਦਾਂ ਸਰਪੰਚ ਆ ਭਾਈ ਸਾਡਾ ਗਿੱਲ ਭਾਜੀ ਉਹ ਵੀ ਆਪਾਂ ਨੂੰ ਬਈ ਬਹੁਤ ਸਪੋਰਟ ਕਰਦਾ ਜਿੱਦਾਂ ਸਹੀ ਅਸਾ ਸ਼ਹਿਰ ਵਿੱਚ ਹੁਣ ਤਾਂ ਇਹਦਾ ਸਿਆੜਾ ਚ ਕਾਫੀ ਮੈਚਮੂਦ ਚੱਲ ਪਏ ਆ। ਹਾਂਜੀ ਭਾਜੀ। ਤੇ ਹੁਣ ਮਿਹਨਤਮੁਦ ਕਦਾ ਬਰਕਰਾਰ ਆ। ਹਾਂਜੀ ਭਾਈ ਹੁਣ ਤਾਂ ਮਿਹਨਤ ਬਰਕਰਾਰ ਆ ਰਿਹਾ ਜਿੱਦਾਂ ਆਪਾਂ ਦੋ ਟਾਈਮ ਕਰਦੇ ਆ ਭਾਈ ਜਿੱਦਾਂ ਅਸ਼ਵੀਰ ਨੂੰ ਜਿੱਦਾ ਜਿੰਮ ਚੱਲ ਜੀਦਾ ਆ ਤੇ ਸ਼ਾਮ ਨੂੰ ਜਿੱਦਾ ਗਰਾਊਂਡ ਚ ਕਰ ਲੀਦੀ ਆ ਭਾਜੀ। ਜ਼ਿਆਦਾ ਜਿੰਮ ਪਸੰਦ ਕਰਦੇ ਜਾਂ ਗਰਾਊਂਡ ਦੀ? ਉਦੋਂ ਤਾਂ ਭਾਈ ਮੈਂ ਜਿੰਮ ਚ ਵੀ ਜਿੱਦਾਂ ਰੱਖ ਲਾ ਆਪਣੀ ਗਰਾਊਂਡ ਦੀ ਉਹੀ ਸੀ ਉਹ ਹੀ ਕਰਦਾ ਆ। ਪਰ ਇਦਾਂ ਹੋ ਜਾਂਦਾ ਥੋੜਾ ਜਿੰਮ ਚ ਜਿੱਦਾਂ ਸਵੇਰ ਨੂੰ ਬਹੁਤ ਠੰਡ ਬਹੁ ਹੁੰਦੀ ਹੈ ਨਾ ਭਾਜੀ ਉਹਦੇ ਕਰਕੇ ਤੁਹਾਨੂੰ ਪਤਾ ਸਿਆਲਾਂ 'ਚ ਠੰਡ ਵੱਜ ਜਾਂਦੀ ਹੈ ਤੇ ਜੈਮ ਵਿੱਚ ਥੋੜਾ ਇੰਡੋਰ ਹੋ ਜਾਂਦਾ ਥੋੜੀ ਅੰਦਰ ਹੀਟ ਵੀ ਹੁੰਦੀ ਆ ਤੇ ਉੱਥੇ ਭਾਜੀ ਜਦੋਂ ਮੈਂ ਰਨਿੰਗ ਕਰ ਲੈਂਦਾ ਪਹਿਲਾਂ ਜਿੱਦਾਂ ਤੇ ਉਹਦੇ ਬਾਅਦ ਭਾਜੀ ਜਦੋਂ ਆਪਦੀ ਡਾਂਡੂਂਡਿ ਚਪਾੜੇ ਜੂੜੇ ਹੋਗਾ ਜਾਂ ਮਾੜੇ ਮੋٹے ਡੰਬਲ ਲੋਹੇ ਨਾਲ ਮੱਥਾ ਮਾਰ ਲੈਣਾ ਭਾਜੀ ਸ਼ਾਮ ਨੂੰ ਭਾਜੀ ਜਦਾਂ ਟਾਈਮ ਨਾਲ ਚੱਲ ਜੀਦਾ 3 ਵਜੇ ਕਰਾਉਣ ਨੂੰ ਤੇ ਧੁੱਪੇ ਧੁੱਪੇ ਭਾਜੀ ਮਿਹਨਤ ਵਧੀਆ ਹੋ ਜਾਂਦੀ ਹੈ ਇਦਾਂ ਸਰੀਰ ਖੁੱਲ੍ਹਿਆ ਰਹਿੰਦਾ ਉਦਾਂ ਦਾ ਭਾਜੀ ਇਹਦਾ ਤੁਹਾਨੂੰ ਪਤਾ ਜੋੜੇ ਜੁੜ ਜਾਂਦੇ ਆ ਸ ਹਾਂਜੀ ਭਾਈ ਉਹਦਾ ਦੁਪਹਿਰ ਨੂੰ ਜਦੋਂ ਵਿਲੇ ਹੁੰਦੇ ਜਦੋਂ 12 1 ਵਜੇ ਵੀ 11 12 ਵਜੇ ਉਦੋਂ ਭਰਾਣੇ ਜਿੱਦਾਂ ਮਾਲ ਚ ਮੂੰਹ ਚ ਘਾ ਲਣੀਆਂ ਈ ਧੁੱਪੇ ਬੈਹਿ ਕੇ ਜਿੱਦਾਂ ਭਰਾਣੇ ਕਹਿੰਣਾ ਮਾਲ ਚ ਮੂਹ ਚ ਘਾ ਲਓ ਵਧੀਆ ਚੀਜ਼ ਆ ਭਾਈ ਜਦਾਂ ਅਸ਼ੇ ਸ਼ਰਮਾ ਜਿਹੜਾ ਇੰਗਲੈਂਡ ਦਾ ਸੀ ਸੀ ਵੀ ਤੁਹਾਡਾ ਦੱਸਿਆ ਵਧੀਆ ਚੱਲੇ ਮਿਹਨਤਵਾਰੀ ਵੀ ਪ੍ਰਮਾਤਮਾ ਕਰੇ ਇਦਾਂ ਵਧੀਆ ਚੱਲਦੀ ਰਹੇ ਤੁਹਾਡੀ ਹਾਂਜੀ ਭਾਈ ਤੇ ਜਿਹੜਾ ਆਉਣ ਵਾਲਾ ਸੀਜ਼ਨ ਸ਼ਰਮਾ ਕਿਹੜੀ ਟੀਮ ਵੱਲੋਂ ਕੱਢੇਗਾ ਜਿੱਦਾਂ ਭਾਈ ਜਿੱਦਾਂ ਭਾਈ ਹੁਣ ਜਦਾਂ ਸੂਨ ਪਾਈ ਹੋਣੀ ਤਾਂ ਜਦੋਂ ਮੂਵ ਹੋਗਾ ਜਿੱਦਾਂ ਜਿੱਦਾਂ ਨਿਊ ਉਹਨਾਂ ਨਾਲ ਹੀ ਖੇਡਣਾ ਹੀ ਫੇਰ ਤਾਂ ਚੱਲ ਹੁਣ ਭਾਜੀ ਹੁਣੀ ਹੈ ਨਹੀਂਗੇ ਤੇ ਭਾਈ ਉਹਦਾ ਦੋ ਤਿੰਨ ਕ ਲੱਭਣਾ ਜਦਾਂ ਗੱਲ ਚੱਲਦੀ ਹਾਲੇ ਤੇ ਭਾਈ ਉਹਦਾ ਵੀ ਮੈਂ ਥੋੜਾ ਜਿਹਾ ਹਾਲੇ ਜਦੋਂ ਰੱਖ ਲਓ ਬਿਜ਼ੀ ਹਾਂ ਥੋੜਾ ਜਿਹਾ ਇਦਾਂ ਭਾਜੀ ਜਿੱਦਾਂ ਕੰਮ ਜਗਾ ਕੰਮਕਾਰ ਚੱਲਦਾ ਹਨ ਤੇ ਫੇ ਉਹ ਉਧਰ ਭਾਈ ਜਦਾਂ ਬਿਜ਼ੀ ਹੁੰਦਾ ਤੇ ਮਦਰ ਸਾਡੇ ਸੈਕ ਰਹਿੰਦੇ ਜਦਾਂ ਪਤਾ ਹਨਾ ਵੀ ਕਈਆਂ ਨੂੰ ਪਤਾ ਹੈ ਜਦਾਂ ਮਦਰ ਸੈਕਿਆ ਮੇਰੇ ਤੇ ਫੇ ਭਾਜੀ ਥੋੜਾ ਜਿਹਾ ਪਰਿਵਾਰ ਚ ਜਿੱਦਾਂ ਰਿਸ਼ਤੇਦਾਰੀ ਦੇ ਵਿੱਚ ਦੋ ਤਿੰਨ ਫੰਕਸ਼ਨ ਆ ਉਹ اٹੈਂਡ ਕਰਨੇ ਆ ਫੇ ਭਾਈ ਮੇਰੀ ਸਿਸਟਰ ਨੇ ਆ ਜਾਣਾ ਬਾਹਰੋਂ ਉਹਨਾਂ ਨਾਲ ਰਹਿਣਾ ਭਾਈ ਥੋੜਾ ਚਿਰ ਜਦਾਂ ਤਾਂ ਕਰਕੇ ਭਾਈ ਹਾਲੇ ਥੋੜਾ ਕਿ ਬਿਜ਼ੀ ਹਾਂ ਮ ਜੀ ਭਾਜੀ ਜਣੀ ਸ਼ਰਮਾ ਇਹ ਕਹ ਸਕਦੇ ਜਿੱਤੇ ਵੀ ਕਬੱਡੀ ਨੂੰ ਤਵੱਜੋ ਦਿੰਨੇ ਆ ਆਪਣੇ ਜਿਹੜੇ ਪਰਿਵਾਰਕ ਰਜੇਵੇਂ ਆ ਰਿਸ਼ਤੇਦਾਰੀ ਆ ਉਹਨਾਂ ਨੂੰ ਵੀ ਪਹਿਲ ਦੇ ਅਧਾਰ ਤੇ ਨਿਭਾਉਣੇ ਆ ਭਾਈ ਕਰਨਾ ਪੈਂਦਾ ਜਿੱਦਾਂ ਰੱਖ ਲੋ ਜਿੱਦਾਂ ਹਣ ਡੈਡੀ ਹੁਣੀ ਵੀ ਜਿੱਦਾਂ 올ਡ ਏਜ ਆ ਮੰਮੀ ਸਾਡੇ ਜਿੱਦਾਂ ਸੈਕਿਆ ਹਨਾ ਥੋੜੇ ਜੇ ਉਹਦੇ ਕਰਕੇ ਵੀ ਜਿੱਦਾਂ ਰੱਖ ਲੋ ਵੀ ਆਪੇ ਜਿੱਦਾਂ ਕਰਨਾ ਪੈਂਦਾ ਤੇ ਭਾਜੀ ਜਿੱਦਾਂ ਵੱਡਾ ਕੰਮ ਤੇ ਚੱਲ ਜਾਂਦਾ ਭਾਜੀ ਤੇ ਫੇਰ ਭਾਜੀ ਆਪੇ ਜਾਣਾ ਜੁਣਾ ਪੈਂਦਾ ਜਿੱਦਾਂ ਨਾ ਰੱਖ ਲੋ ਤਾਂ ਕਰਕੇ ਵੀ ਉਹ ਵੀ ਚੀਜ਼ਾਂ ਜ਼ਰੂਰੀ ਆ ਭਾਜੀ ਜਿੱਦਾਂ ਹਨਾ ਤਾਂ ਕਰਕੇ ਅੱਛਾ ਸ਼ਰਮਨਤ ਅੜੀ ਕਬੱਡੀ ਵੀ ਦੇਖਣੇ ਕਾਫੀ ਠੰਡੀ ਆ ਠੀਕ ਹੈ ਨਾ ਆਪਣਾ ਨੰਬਰ ਲੈਨੇ ਆਪਣੇ ਪਾਲੇ ਵਿੱਚ ਆ ਜਨੇ ਆ ਕਦੀ ਬਹੁਤ ਘੱਟ ਮੈਂ ਤਾਂ ਅੱਜ ਤੱਕ ਦੇਖਿਆ ਨਹੀਂ ਵੈਸੇ ਕਿ ਗਰਾਊਂਡ ਦੇ ਵਿੱਚ ਤੁਸੀਂ ਕਿਸੇ ਜਾਪੀ ਨਾਲ ਕੋਈ ਗੱਲਬਾਤ ਹੋ ਵੀ ਤੁਹਾਂ ਕੋਈ ਥਾਪੜ ਤੋਂ ਫਰੀ ਹੋਏ ਹੋਣ ਤਾ ਥਾਪੀਆਂ ਮਾਰੀ ਹੋਣ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਕਿ ਥਾਪੀਆਂ ਜ਼ਰੂਰੀ ਹੁੰਦੀਆਂ ਭਾਜੀ ਜਿੱਦਾਂ ਰੱਖ ਲਓ ਹਰ ਪਲੇਅਰ ਦਾ ਵੱਖਰਾ ਵੱਖਰਾ ਸ਼ੈਲੀ ਆ ਪਾਜੀ ਕਬੱਡੀ ਖੇਡਦੇ ਆ ਤੁਹਾਨੂੰ ਪਤਾ ਇਹ ਤਾਂ ਪਹਿਲਵਾਨਾਂ ਵਾਲੀ ਗੇਮ ਆ ਹਨ ਪੈਣੀਆਂ ਤੇ ਹੈਗੀਆਂ ਆ ਹਨ ਕਦੇ ਕੰਨ ਸੁੱਜਣਾ ਕਦੇ ਅੱਖ ਸੁੱਜਣੀ ਹਨ ਤੇ ਪਾਜੀ ਇਦਾਂ ਹੋਇਆ ਨਹੀਂ ਕਦੇ ਵੀ ਇਦਾਂ ਰੱਖਲਾ ਜੇ ਸਟਰਗਲ ਦੇ ਵਿੱਚ ਇਦਾਂ ਕਦੇ ਨਹੀਂ ਹੁੰਆ ਜੇ ਬਾਈ ਜਾਫੀ ਜਾਣ ਕੇ ਮਾਰਦਾ ਫੇ ਪਾਜੀ ਜਿੱਦਾਂ ਇੱਕ ਅੱਧੀ ਹਰ ਮਾਰ ਲਈਦੀ ਆ ਜੇ ਤਾਂ ਦੋਂ ਜੇ 10 ਕਬੱਡੀਆਂ ਪਾਈਆਂ ਤੇ 9 ਕਬੱਡੀਆਂ ਉਧੇ ਮੁੜਿਆ ਤੇ ਦੇ ਇੱਕ ਕਬੱਡੀ ਦਾ ਜਾਫੀ ਨੇ ਗਲਤ ਮਾਰੀ ਫੇ ਪਾਜੀ ਦੇ ਆਪੀ ਮਾਰੀਦੀ ਆ ਤੇ ਉਹਨੂੰ ਦੱਸੀਦਾ ਵੀ ਪਾਜੀ ਤੂੰ ਗਲਤ ਐ ਇੱਥੇ ਹਨ ਹਾਂਜੀ ਭਾਈ ਜਿੱਦਾਂ ਇਹ ਮੈਚ ਹੋਇਆ ਸੀਗਾ ਸਾਡਾ ਹੀਜਣਾ ਜਿੱਦਾਂ ਪਾਜੀ ਬਾਰਕਿੰਗ ਦੇ ਟੂ ਤੇ ਸਾ ਮੇਰੀ ਸਟਰਗਲ ਹੋਈ ਗਈ ਜਦਾਂ ਤਾਸ਼ਪਰੀਏ ਕੋੜੇ ਨਾਲ ਹੈ ਨਾ ਤੇ ਭਾਜੀ ਜਦੋਂ ਉਹ ਬਹੁਤ ਜਦਾ ਰੋਂਗ ਜੇ ਮਾਰੇ ਮੇਰੇ ਮੂੰਹ ਤੇ ਹੱਥ ਉੱਤੇ ਜਦਾਂ ਅੱਖਾਂ ਤੇ ਮਾਰੇ ਤੇ ਫੇਰ ਭਾਜੀ ਉਹਨੂੰ ਪਹਿਲੀ ਯਾਰ ਜਦਾਂ ਵੀ ਪਹਿਲੀ ਯਾਰ ਤਾਂ ਚਲੋ ਉੱਥੇ ਬਾਹਰ ਥਾਪੀ ਮਾਰੀ ਉਦਾਂ ਭਾਜੀ ਕਦੇ ਬਾਹਰ ਥਾਪੀ ਨਹੀਂ ਮਾਰੀ ਇੱਥੇ ਵੀ ਦੋ ਤਿੰਨ ਨਾਰ ਕੇ ਮਾਰੀ ਆ ਮੈਂ ਕਦੇ ਤਾਂ ਮਾਰੀ ਨਹੀਂ ਜਿਹੜਾ ਅੜੀ ਜੀ ਨਾ ਮੁਰਿਓ ਮਾਰ ਦੇਵੇ ਫੇ ਵੱਲੀ ਉਹਦੇ ਮਾਰਦੀ ਉਹਦੇ ਜਦੋਂ ਉਹਦੋਂ ਨੰਬਰ ਲੈ ਕੇ ਉਹਦੇ ਤੇ ਮਾਰੀਦੀ ਆ ਉਦਾਂ ਭਾਜੀ ਕਦੇ ਹੈ ਨਹੀਂ ਆਪਾਂ ਨੂੰ ਇਹ ਤਾਂ ਥਾਪੀ ਵਾਲਾ ਦੂਜੀ ਵਾਰ ਥੋੜਾ ਟਰੈਂਡ ਵੀ ਚੱਲਿਆ ਨਾ ਥੋੜਾ ਜਿਹਾ ਉਹ ਨਹੀਂ ਭਾਜੀ ਆਪਾਂ ਥਾਮੇ ਜੇ ਨਾਲ ਖੇਢੀ ਦੀ ਆ ਸ਼ੁਕਰਾਨਾ ਕਰੀਦਾ ਜਦੋਂ ਭਾਜੀ ਕਬੱਡੀ ਪਾ ਕੇ ਆਈਦਾ ਮਾਲਕਾ ਸ਼ੁਕਰਾਨਾ ਹੀ ਆ ਹਮੇਸ਼ਾ ਹੀ ਸਮਿਤ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਉਮੀਦ ਕਰਦਾ ਜਿਹੜਾ ਆਉਣ ਵਾਲਾ ਸੀਜ਼ਨ ਹੋਊਗਾ ਤੁਹਾਡਾ ਬਹੁਤ ਵਧੀਆ ਹੋਵੇਗਾ ਤੇ ਜਰੂਰ ਜਿਹੜੇ ਤੁਹਾਡੇ ਪਛਾਣ ਵਾਲੇ ਦਰਸ਼ਕ ਆ ਤੁਹਾਨੂੰ ਦੇਖਣਗੇ ਕਿਹੜੀ ਕਲੱਬ ਦੇ ਵਿੱਚ ਤੇ ਕਿਹੜੀ ਟੀਮ ਨੂੰ ਤੁਸੀਂ ਕਿਹੜੀ ਫੈਡਰੇਸ਼ਨ ਤੇ ਜਾਂਦੇ ਆ ਤੁਹਾਡਾ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਦਰਸ਼ਕਾਂ ਨੂੰ ਇਹੀ ਆ ਕਹਿਣਾ ਜੀ ਵੀ ਜਿਹੜਾ ਪਲੇਅਰ ਆ ਭਾਜੀ ਕੋਈ ਵੀ ਤੇ ਉਹਨੂੰ ਇਹ ਕਹਿੰਨੇ ਆ ਵੀ ਜੇ ਤੁਸੀਂ ਤਕੜੇ ਹੋਣਾ ਚਾਹੁੰਦੇ ਆ ਜਾਂ ਵੱਡੇ ਮਲਵਾਨਾ ਚਾਹੁੰਦੇ ਆ ਵੀ ਮਿਹਨਤ ਕਰੋ ਜਿੰਨੀ ਹੋ ਸਕਦੀ ਹੈ ਨਾ ਤੇ ਜਿਹੜੇ ਭਾਜੀ ਜਿੱਦਾਂ ਦਰਸ਼ਕ ਆ ਆਮ ਦਰਸ਼ਕ ਆ ਤੇ ਉਹਨਾਂ ਨੂੰ ਸ਼ੁਕਰਾਨਾ ਹੈ ਵੀ ਉਹ ਸਾਨੂੰ ਇੰਨਾ ਪਿਆਰ ਕਰਦੇ ਆ ਹਨਾ ਕਬੱਡੀ ਪਲੇ ਸਾਰਿਆਂ ਨੂੰ ਹੀ ਕਰਦੇ ਜਿੱਦਾਂ ਜਿੰਨੇ ਵੀ ਕਬੱਡੀ ਪਲੇਅਰ ਆ ਭਾਜੀ ਪਲੇਅਰ ਸੌਖੇ ਨਹੀਂ ਬਣਦੇ ਹਨਾ ਭਾਜੀ ਤੁਹਾਨੂੰ ਵੀ ਪਤਾ ਹੀ ਆ ਤੇ ਉਹਨਾਂ ਨੂੰ ਇਹੀ ਕਹਿੰਨੇ ਆ ਤੇ ਪਲੇਅਰਾਂ ਦੀ ਇੱਜ਼ਤ ਕਰਿਆ ਕਰੋ ਜਿੰਨਾ ਹੋ ਸਕਦਾ ਵੀ ਕਦੇ ਮੰਦਾ ਚੰਗਾ ਨਾ ਬੋਲ ਕੇ ਪਲੇਅਰ ਨੂੰ ਇਹੀ ਕਹਿੰਨਾ ਭਾਈ ਧੰਨਵਾਦ ਭਾਜੀ ਥੈਂਕ ਯੂ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਤੇ ਆਪਣਾ ਕੀਮਤੀ ਸਮਾਂ ਜਿਹੜਾ ਤੁਸੀਂ ਸਾਨੂੰ ਦਿੱਤਾ ਇਸ ਲਈ ਬਹੁਤ ਬਹੁਤ ਧੰਨਵਾਦ ਤੇ ਦਰਸ਼ਕਾਂ ਨੂੰ ਵੀ ਇਹੀ ਬੇਨਤੀ ਆ ਕਿ ਜਾਣਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਉਣ ਵਾਲੇ ਸਮੇਂ ਲਈ ਹੋਰ ਕਬੱਡੀ ਦੇ 스타 ਹੋਣਗੇ ਉਹਨਾਂ ਦੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਧੰਨਵਾਦ ਮੈਰਿਜ ਜ਼ਿੰਦਗੀ ਦਾ ਸਭ ਤੋਂ ਵੱਡਾ ਡਿਸੀਜਨ ਤੇ ਮੇਰੇ ਇਸ ਡਿਸੀਜਨ ਵਿੱਚ ਸਾਥ ਦੇਣਗੇ ਐਨ ਆਰ ਆਈ ਮੈਰਿਜ ਬਿਊਰੋ ਕਿਉਂਕਿ ਇਹ ਹੈ ਕੈਨੇਡਾ ਤੇ ਯੂ ਐਸ ਦਾ ਨੰਬਰ 1 ਮੈਰਿਜ ਬਿਊਰੋ ਐਨ ਆਰ ਆਈ ਮੈਰਿਜ ਬਿਊਰੋ ਫਾਈਂਡ ਯਰ ਪਰਫੈਕਟ ਹਿਊਮਨ